यानी अद्धे घंटे पौने घंटे तक पहुँच जाएंगे। ठीक है जी, मेहरबानी। तो अपना जिहड़ा मुल्तानो माल मंगवाया सी असी, क्योंकि गर्मी है ना, मौसम चेंज हो रहा है, सीजन चेंज हो रहा सर, तो सानू माल चाहिए। दुकानदारी है साड़ी, माल तुहानू पता है कि कस्टमर आंदा फिर डिमांड करता है, तो फिर साढ़े को नहीं हो फिर कस्टमर मायूस होकर जाता है। और लेडीज़ जिहड़ा है ना साढ़े, मतलब वो गर्मी वाले जो स्लीपर ने इहदी चप्पल वो भी भेज देना। हाँ जी, काफ़ी कस्टमर आके पुछते हैं, बड़ी मेहरबानी, शुक्रिया। ठीक है ठीक है, हाँ जी हाँ जी। ते मैं सीनियर सेलमैन आ, ते वो सारा माल शाल जड़ा ना सारा मैं ही मंगवाना, डील करना। जी 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 हाँ जी हाँ जी, वो मैंने पता थोड़े को माल मंगाते हैं, बट तुर पे है ना, मेहरबानी सर, थैंक यू थैंक यू थैंक यू। अस्सलाम वालेकुम जी। वालेकुम सलाम जी, क्या हाल भाई, ठीक हो जी? शुक्र है जनाब, तुम सुनाओ जी। अलहमदुलिल्लाह, और कम शम सुनाओ, ठीक ठाक जी? फर्स्ट क्लास शुक्र। अजकल तुम्हें पता है कि थोड़ा जहा सीजन चेंज हो रहा है, हाँ समर कलेक्शन आ गई। हाँ जी, गर्मी ताहिर किधर गया बेटा? हाँ जी, गर्मी भी शुरू हो गई है जी। हाँ जी, चेंज हो गया काफी सारा वेदर। ओ पिछो बेटा, ओ कट के लिया पेटियां, किथे है ओ? नालो सारा माल कट के लाओ जरा। पेटियां केडियां? पीछे को फर्नीचर भी तड़को पया सारा, जुतियां दा सामान। अच्छा, सारा जुतियां दा सामान? मैं कहा नवा माल आंदा ना जी, फिर कट के लाईदा। अच्छा, तो मैं कहा पता नहीं ट्रंक पेटियां पया पीछे को। नहीं पेटियां नहीं जी, नहीं। अच्छा, ए दुकान है जनाब, बैठक नहीं। अच्छा अच्छा, हां जी चलो। अच्छा कीता तुसीं मैनूं दस्सदा कि दुकान है? हां जी, पर मैनूं की पता है दुकान है? नहीं है ते नवा माल है को, नवी कलेक्शन को डिजाइन? हाँ जी, माल बहुत जनाब है, जिस तरह का कहोगे तुम्हें वैसे मिलेगा, जो तुम्हारे सामने है। हाँ नहीं, मैं देख रहा माशाल्लाह, कलेक्शन बड़ी अच्छी तुम्हारे को पई। हाँ जी हाँ जी, साढ़े को जनाब बाहर का माल भी आता है, बहरीन तो, ओमान तो। बाहर का? हाँ जी, समाकू तो। समगलिंग का काम करते हो ना? समगलिंग का काम नहीं जनाब। हाँ। मतलब पैसे देईदा तो माल मंगवाईदा। अच्छा अच्छा, ये तो साढ़ा माल बाहर जाता है, ठीक है? नहीं तो ध्यान नहीं रखते, तुम्हारा माल बाहर चले जाता, ਤੁਹਾਡੇ ਹੁੰਦੇ ਵੀ ਬਾਹਰ ਮਾਲ ਚੱਲ ਜਾਂਦਾ। ਤੇ ਜਿਹੜਾ ਬਾਹਰੋਂ ਇੱਥੇ ਆਉਂਦਾ ਉਹ ਨਹੀਂ ਲੋਕੀ ਧਿਆਨ ਕਰਦੇ? ਨਹੀਂ ਮਤਲਬ ਕਿ ਤੁਹਾਡੇ ਹੁੰਦੇ ਆ ਮਾਲ ਬਾਹਰ ਭੇਜ ਦਿੰਦੇ? ਮੇਰੀ ਗੱਲ ਸੁਣੋ, ਮਾਲ ਬਾਹਰੋਂ ਆਉਂਦਾ ਨਾ। ਅੱਛਾ ਅੱਛਾ, ਏਅਰਪੋਰਟ ਤੋਂ ਜਾ ਕੇ ਰਿਸੀਵ ਕਰ ਲਿਆ। ਅੱਛਾ ਇੰਜ? ਹਾਂ, ਮੈਂ ਕਿਹਾ ਪਤਾ ਨਹੀਂ ਕਿਤੇ ਸਾਡਾ ਮਾਲ ਵੀ ਬਾਹਰ ਨਿਕਲ ਜਾਂਦਾ। ਨਹੀਂ, ਕਰਾਚੀ ਤੋਂ ਵੀ ਮਾਲ ਆਉਂਦਾ। ਅੱਛਾ, ਕਰਾਚੀ ਤੋਂ ਵੀ ਆਉਂਦਾ? ਹਾਂ ਜੀ। ਮਾਸ਼ਾਅੱਲਾ, ਇਹ ਬੜੀ ਬੜੀ ਦੂਰੋਂ ਮਾਲ ਮੰਗਾ ਰਹੇ ਹੋ ਹੈ। ਗੱਲਾਂ ਤੁਸੀਂ ਕੋਈ ਬੜੀਆਂ ਅਜੀਬ ਜੀਆਂ ਕਰ ਰਹੇ ਹੋ ਭਾਜੀ। ਅੱਛਾ ਭਾਜੀ, ਗੱਲ ਇਹ ਹੈ ਕਿ ਜੁੱਤੀਆਂ ਚਾਹੀਦੀਆਂ ਕੋਈ ਕਮ ਸੇ ਕਮ 4 ਕੇ ਜੋੜੇ। ਦੇਖੋ ਜੀ, ਜੁੱਤੀਆਂ ਤਾਂ ਫਿਰ ਹਰ ਪਾਸੇ ਜੁੱਤੀਆਂ ਹੀ ਜੁੱਤੀਆਂ ਵਾ, ਤੁਸੀਂ ਇਹੋ ਜਿਹੀ ਗੱਲ ਕਰੋਗੇ ਤੇ ਆ ਦੇਖੋ ਨਾ, ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ। ਹੈ ਆ ਦੇਖੋ, ਇਹ ਲੇਡੀਜ਼ ਹੈ, ਫੀਮੇਲ ਫੈਮਿਲੀ ਸਾਰਾ ਮਾਲ ਲੱਗਾ। ਹਾਂ ਜੀ ਹਾਂ ਜੀ, ਉਹ ਸਾਰੇ ਜੁੱਤੀਆਂ ਲੈਣੀ ਹੈ, ਅਸਲ ਗੱਲ ਹੈ ਕਿ ਸ਼ਾਦੀ ਹੈ ਭਾਈ ਦੀ ਛੋਟੇ ਦੀ ਨਾ। ਅੱਛਾ ਜੀ, ਤੇ ਉਹਦੇ ਵਾਸਤੇ ਫਿਰ ਉਹ ਜੁੱਤੀਆਂ ਚਾਹੀਦੀਆਂ ਨੇ ਜੈਂਟਸ। ਜੀ ਜੀ ਠੀਕ ਹੈ। ਹੈ ਜੀ ਠੀਕ ਹੈ ਜਨਾਬ, ਤੇ ਉਹ ਦਿਖਾ ਦਿਓ ਜ਼ਰਾ ਕੋਈ ਡਿਜ਼ਾਈਨ। ਕਿਸ ਤਰ੍ਹਾਂ ਦਾ ਮਾਲ ਚਾਹੀਦਾ, ਜੁੱਤੀ ਕਿਸ ਤਰ੍ਹਾਂ ਦੀ? ਲੈਦਰ ਟੈਪ ਹੋ ਜੇ ਜਰਾ, ਅੱਛਾ ਲੱਗੇ ਪਾਇਆ ਸ਼ਾਦੀ ਦਾ। ਲੈਦਰ ਜਨਾਬ ਤੁਹਾਨੂੰ ਦਿਖਾ ਦਿੰਦੇ ਜਨਾਬ। ਹਾਂ ਮਿਹਰਬਾਨੀ ਜਰਾ, ਹੈ ਦਿਖਾ ਦਿੰਦੇ ਜਨਾਬ, ਲੈਦਰ ਦਿਖਾ ਦਿੰਦੇ। ਆਜੋ ਤੇ ਆਓ ਨਾ ਮੇਰੇ ਨਾਲ ਜਰਾ। ਹਾਂਜੀ ਹਾਂਜੀ ਹਾਂਜੀ, ਇਹ ਦੇਖੋ ਜਨਾਬ, ਵੈਰੀ ਗੁੱਡ ਯਾਰ, ਇਹ ਵੈਸੇ ਅੱਛਾ ਡਿਜ਼ਾਈਨ ਹੈ। ਜੀ ਜੀ, ਇਹ ਸਾਡਾ ਯਾਨੀ ਕਹਿ ਲਓ ਕਿ ਪਿਓਰ ਲੈਦਰ ਹੈ। ਬੜੀ ਵੱਡੀ ਜੁੱਤੀ, ਜਨਾਤੀ ਸ਼ਾਇਦ ਕੋਈ ਬੰਦੇ ਵਾਲਾ ਨਹੀਂ। ਇਹ ਦੇਖੋ ਨਾ, ਇਹ ਤੇ ਪਾਲਿਸ਼ ਦੀ ਵੀ ਲੋੜ ਨਹੀਂ, ਸ਼ਾਈਨਿੰਗ ਵਾਸਤੇ ਸਿਰਫ ਤੁਸੀਂ ਉਹ ਬੁਰਸ਼ ਫੇਰੋਗੇ ਬਸ, ਤੇ ਸ਼ਾਈਨਰ ਫੇਰ ਦੋਗੇ ਨਾ, ਬਿਹਤਰੀਨ ਸ਼ਾਈਨਿੰਗ ਆਏਗੀ। ਨਹੀਂ ਐਡੇ ਗਰੀਬ ਤੇ ਸੀ, ਹੈ ਨਹੀਂ ਕਿ ਪਾਲਿਸ਼ ਨਾ ਲਿਖੇ, ਕੋ ਪਾਲਿਸ਼ਾਂ ਜੀ ਦਿਖਾ ਦਿਓ। ਨਹੀਂ ਐਡੇ ਅਮੀਰ ਵੀ ਨਹੀਂ ਲੱਗਦੇ। ਚਲੋ ਬਾਰਾਂ, ਐਡੇ ਗਰੀਬ ਵੀ ਨਹੀਂ ਹੈਗੇ। ਹਾਂਜੀ, ਤੇ ਕਿਉਂ ਮਤਲਬ ਇਹ ਸ਼ਾਇਦ ਬੜਾ ਕੋ ਕਾਫ ਦੇ ਸ਼ਾਇਦ ਬਹੁਤ ਵੱਡੇ ਵੱਡੇ ਸ਼ਾਇਦ। ਉਹ ਨਹੀਂ ਸਰ, ਸਾਈਜ਼ ਤੁਹਾਨੂੰ ਕਿਹੜੇ ਨੰਬਰ ਦਾ ਚਾਹੀਦਾ? 7 ਨੰਬਰ ਚਾਹੀਦਾ ਭਾਜੀ ਸਾਨੂੰ। 7 ਨੰਬਰ ਜਨਾਬ ਤੁਹਾਨੂੰ, ਇਹ ਦੇਖੋ ਇਹ 7 ਨੰਬਰ ਹੈ। ਨਹੀਂ 7 ਨੰਬਰ, ਠਹਿਰੋ ਇੱਕ ਮਿੰਟ, ਤੁਹਾਨੂੰ 7 ਨੰਬਰ ਦਿਖਾਉਂਦੇ। ਇਹ ਲਓ ਜਨਾਬ, ਇਹ 7 ਨੰਬਰ। ਹਾਂ ਇਹ ਦੇਖੋ ਨਾ, ਇਹ ਯਾਰ ਬਹੁਤ ਵਾਲਾ। ਹਾਂਜੀ, ਲੈਦਰ ਵੀ ਅੱਛਾ ਹੈ, ਮਾਲ ਤੁਹਾਨੂੰ ਆਲਾ ਹੀ ਮਿਲੇਗਾ। ਤੇ ਪਿਓਰ ਲੈਦਰ ਹੈ, ਤੁਸੀਂ ਇਸ ਗੱਲ ਦੀ ਟੈਨਸ਼ਨ ਨਾ ਲਵੋ। ਪਿਓਰ ਲੈਦਰ ਹੈ, ਪਿਓਰ ਲੈਦਰ ਜਨਾਬ, ਪਾਲਿਸ਼ ਹੋਏਗਾ ਔਰ ਪਾਲਿਸ਼ ਨਾਲ ਜੁੱਤੀ ਦੀ ਜਿਹੜੀ ਹੈ ਨਾ ਜੀ, ਜ਼ਿੰਦਗੀ ਵੱਧਦੀ ਹੈ, ਜ਼ਿੰਦਗੀ ਵੱਧਦੀ ਹੈ, ਜ਼ਿੰਦਗੀ ਵੱਧਦੀ ਨਾਲ ਜੀ। ਹਾਂ, ਨਾਲ ਆਕਸੀਜਨ ਵੀ ਦਿੰਦੀ ਉਹਦੇ ਨਾਲ, ਜੁੱਤੀ ਜ਼ਿੰਦਾ ਰਵੇ। ਹਾਂਜੀ, ਇਹਦੇ ਨਾਲ ਸਿਲੰਡਰ ਵੀ ਦੇਵਾਂਗੇ ਤੁਹਾਨੂੰ, ਨਾਲ ਵੱਡੀ ਕੇਬਲ ਦੇਵਾਂਗੇ। ਓ ਯਾਰ, ਐਨ ਹਿਲਰ ਵੀ ਤੁਹਾਨੂੰ 3 ਦੇ ਦੇਵਾਂਗੇ ਨਾਲ, ਕਿ ਤੇ ਗੈਸ ਖਤਮ ਹੋ ਜੇ ਤੇ ਤੁਸੀਂ ਉਹ ਤੋਂ ਕੰਮ ਲੈ ਲਓ। ਉਹ ਮਜ਼ਾਕ ਕਰ ਰਹੀ ਯਾਰ, ਕੀ ਹੋਇਆ? ਹੈਂ ਜੀ, ਨਹੀਂ ਇਹ ਜੁੱਤੀ ਮੈਨੂੰ ਪਸੰਦ ਆਈ ਹੈ। ਹਾਂਜੀ ਹਾਂਜੀ। ਅੱਛਾ, ਇੱਕ ਤੇ ਇਹਦੇ ਨਾਲ ਦਾ ਜਿਹੜਾ ਨਾ ਜੀ, ਹਾਂਜੀ, ਇੱਕ ਤੇ ਐ ਕਰ ਦਿਓ। ਹਾਂਜੀ ਕਰ ਦਿੰਦੇ ਜਨਾਬ, ਤੇ ਬਰਾਊਨ ਕਲਰ 'ਚ ਵੀ ਦਿਖਾਓ ਕੋਈ ਜੁੱਤੀਆਂ। ਬਰਾਊਨ ਕਲਰ ਤੁਹਾਨੂੰ ਜੋੜੇ ਕਿੰਨੇ ਕੁ ਚਾਹੀਦੇ ਜਨਾਬ? 4 ਕੁ ਜੋੜੇ ਕਰਾਂਗੇ, ਸ਼ਾਦੀ ਦਾ ਫੰਕਸ਼ਨ ਹੈ ਤੁਹਾਨੂੰ ਪਤਾ, ਭਾਈ ਛੋਟੇ ਦੀ ਸ਼ਾਦੀ, ਉਹਦੇ ਵਾਸਤੇ ਲੈ ਰਹੇ ਆ ਨਾ।
ਤੇ ਸ਼ਾਦੀ ਵਾਸਤੇ ਚਾਰ ਜੋੜੇ ਲੈਣੇ ਹੈ ਸ਼ਾਦੀ ਵਾਸਤੇ ਚਾਰ ਜੋੜੇ ਲੈਣੇ ਤੁਸੀਂ ਨਹੀਂ ਮਤਲਬ ਕਿ ਤੁਹਾਡਾ ਕੀ ਖਿਆਲ ਆ ਕਿ ਅੱਧੇ ਪੈਸੇ ਵਿਆਹ ਤੇ ਲਾ ਦਈਏ ਅੱਧੇ ਨੇ ਦੁਕਾਨ ਬਣਾ ਲਈਏ ਜੁੱਤੀਆਂ ਦੀ ਇੱਕ ਨਹੀਂ ਦੇਖੋ ਮੇਰੀ ਗੱਲ ਸੁਣੋ ਆਖਰ ਚਾਰ ਜੋੜੇ ਹੁੰਦੇ ਵਿਆਹ ਤੇ ਹੋਰ ਕਿੰਨੇ ਕੁ ਲੈਣੇ ਤੁਹਾਡੇ ਭਰਾ ਨੇ ਪਹਿਲੀ ਵਾਰੀ ਲਾਣਾ ਬਣਨਾ ਤੇ ਜੁੱਤੀਆਂ ਕਮ ਸੇ ਕਮ 10 15 ਜੋੜੇ ਜਾਂ 10 12 ਜੋੜੇ ਤੇ ਹੋਣੇ ਚਾਹੀਦੇ ਨੇ ਅੱਛਾ ਤੁਹਾਨੂੰ ਕਨਫਰਮ ਹੈ ਕਿ ਪਹਿਲੀ ਵਾਰੀ ਲਾਣਾ ਬਣਨਾ ਨਹੀਂ ਹੋ ਸਕਦਾ ਉਹਨੂੰ ਦੁਬਾਰਾ ਫੇਰ ਬਣਨਾ ਹੋਵੇ ਸਰ ਫੇਰ ਦੁਬਾਰਾ ਕੀ ਮਤਲਬ ਇਹ ਦੋ ਨਾਲ ਹੀ ਭਰਾ ਆਪਣੇ ਸਕੇ ਭਰਾ ਲਈ ਬਦਦੁਆ ਕਰਦੇ ਪਏ ਸਕੇ ਨਹੀਂ ਸਰ ਜ਼ਿੰਦਗੀ ਦਾ ਕੋਈ ਫਤਾ ਗੱਲ ਹੀ ਸਮਝਦੇ ਤੇ ਜ਼ਿੰਦਗੀ ਦੇ ਵਿੱਚ ਦੋ ਨਿਕਾਹ ਹੀ ਹੋਣੇ ਜ਼ਿੰਦਗੀ ਦੇ ਵਿੱਚ ਅੱਛਾ ਮਤਲਬ ਕੋਈ ਫਾਇਦਾ ਨਹੀਂ ਹੋ ਸਕਦਾ ਗੱਲ ਹੀ ਸਮਝੇ ਵੀ ਇਹ ਜ਼ਿੰਦਗੀ ਚ ਕੋਈ ਇੱਕ ਸ਼ਾਦੀ ਦੇਖੋ ਨਾ ਇੱਕ ਹੋ ਗਈ ਕੀ ਪਤਾ ਜ਼ਿੰਦਗੀ ਦੂਜੀ ਵੀ ਲਿਖੀ ਹੋਵੇ ਕੀ ਖਿਆਲ ਹੈ ਦੁਬਾਰਾ ਫੇਰ ਲਾਣਾ ਬਣੇ ਜੀ ਇਹਦੇ ਚ ਕੋਈ ਸ਼ੱਕ ਨਹੀਂ ਲੇਕਿਨ ਬੜੇ ਚਾਹ ਸੀ ਕਰ ਰਹੇ ਭਾਈ ਛੋਟੇ ਦਾ ਤਰ ਪਤਾ ਇਹ ਮੁਕਦਰਾਂ ਦਾ ਪਤਾ ਨਹੀਂ ਹੁੰਦਾ ਬੰਦਾ ਵਿਆਹ ਕਰਾਉਣਾ ਲਾੜਾ ਦੁਬਾਰਾ ਬਣਨਾ ਨਹੀਂ ਬਣਨਾ ਇੱਕ ਨਾਲ ਹੀ ਨਿਭ ਜਾਣੀ ਹੈ ਆਏ ਹਾਏ ਨਿਭਾਉਣ ਵਾਲੇ ਤੇ ਸਾਰੀ ਉਮਰ ਨਿਭਾ ਦਿੰਦੇ ਨੇ ਤੇ ਜਿਹਨੇ ਨਹੀਂ ਨਿਭਾਉਣੀ ਉਹਨੇ ਮਤਲਬ ਮਹੀਨੇ ਬਾਅਦ ਵੀ ਘਰ ਚੱਲ ਜਾਣਾ ਭਾਜੀ ਵੱਡੀਆਂ ਗੱਲਾਂ ਤੁਹਾਡੀਆਂ ਬਹੁਤ ਸਿਆਣੇ ਬੰਦੇ ਤੁਸੀਂ ਮੇਰੇ ਮਾਮਲਾਤ ਵੀ ਵੱਡੇ ਨੇ ਮਸਲੇ ਵੀ ਵੱਡੇ ਨੇ ਮਜ਼ਾ ਆਇਆ ਤੁਹਾਡਾ ਗੱਲ ਵੀ ਤੁਹਾਨੂੰ ਵੱਡੀ ਸੁਣੇ ਕੰਨਾਂ ਵਿੱਚ ਆਏਗੀ ਕੀ ਬਾਤ ਅੱਛਾ ਜੀ ਤੁਸੀਂ ਤੁਹਾਨੂੰ ਵਾਲਾ ਦੇਵਾਂਗੇ ਔਰ ਤੁਹਾਡੇ ਭਾਈਨ ਖੁਸ਼ ਹੋਣਗੇ ਅੱਛਾ ਜੀ ਹਾਂਜੀ ਅੱਛਾ ਗੱਲ ਇਹ ਕਿ ਇੱਕ ਤੇ ਹੋ ਗਿਆ ਨਾ ਉਹ ਬਲੈਕ ਹਾਲ ਇਹ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਅੱਛਾ ਜੀ ਠੀਕ ਹੈ ਜੀ ਹਾਂਜੀ ਇੱਕ ਤੇ ਆਇਆ ਕਰੋ ਭਾਜੀ ਅੱਛਾ ਜੀ ਇੱਕ ਹੋ ਗਿਆ ਇਹ ਬਰਾਉਨ ਵਾਲਾ ਇਹ ਜਿਹੜਾ ਬੱਕਲ ਨਹੀਂ ਲਗਾ ਉੱਪਰ ਹਾਂਜੀ ਮੈਂ ਇਸੇ ਲਈ ਦਿਖਾਇਆ ਨਾ ਜੀ ਇਹ ਜਿਹੜੇ ਵਿਆਹ ਦੇ ਹੁੰਦੇ ਨੇ ਇਹ ਲਾੜੇ ਸਰਬਾਲੇ ਪਾਉਂਦੇ ਨੇ ਅੱਛਾ ਇਹ ਹਾਂਜੀ ਔਰ ਇਹ ਹੰਡਣ ਵਾਲੀ ਜੁੱਤੀ ਹੈ ਤੇ ਅਗਰ ਇਹ ਕੋਈ ਉਹ ਨਹੀਂ ਹੈਗੀ ਕਿ ਪਾਣੀ ਚ ਪਾਓਗੇ ਤੇ ਤਲਾ ਥੱਲੇ ਰਹਿ ਜਾਵੇ ਤੇ ਜੁੱਤੀ ਉੱਤੇ ਰਹਿ ਜਾਵੇ ਅੱਛਾ ਇਹ ਤਾਂ ਨਹੀਂ ਹੁੰਦਾ ਵੀ ਇਹ ਲਾੜੇ ਸਰਬਾਲੇ ਵਾਲੀ ਇੱਕ ਹੋਰ ਬੰਦਾ ਨਹੀਂ ਪਾ ਸਕਦਾ ਮੈਂ ਪਾਵਾਂ ਤੇ ਕੋਈ ਮਸਲਾ ਤੇ ਨਹੀਂ ਬਣੇਗਾ ਨਹੀਂ ਤੁਸੀਂ ਕਿਉਂ ਪਾਓਗੇ ਖੈਰੀ ਸੱਲਾ ਤੁਸੀਂ ਆਪਣੇ ਭਰਾ ਨੂੰ ਪਵਾਓ ਸਰਬਾਲੇ ਨੂੰ ਪਵਾਓ ਤੁਹਾਨੂੰ ਅਜੇ ਵੀ ਸ਼ੌਕ ਆ ਅੱਛਾ ਜੀ ਇੱਕ ਤੇ ਹੋ ਗਿਆ ਬਰਾਉਨ ਹਾਂਜੀ ਠੀਕ ਹੈ ਜੀ ਇਹ ਬਲੈਕ ਹੋ ਗਿਆ ਉਹ ਇਹ ਬਲੈਕ ਹੈ ਇੱਕ ਬਰਾਉਨ ਹੋ ਗਿਆ ਅੱਛਾ ਜੀ ਵੋਕੇਸ਼ਨ ਟੈਪ ਕੋਈ ਨਾ ਉਹ ਜਿਸ ਤਰ੍ਹਾਂ ਕਿ ਇਹ ਵੇਖ ਲਓ ਇਹ ਵੇਖ ਰਹੇ ਹੋ ਹਾਂਜੀ ਹਾਂਜੀ ਇਹ ਤਾਂ ਮੈਂ ਵੀ ਵੇਖ ਰਿਹਾ ਠਹਿਰ ਜਾਓ ਤੇ ਫਿਰ ਤੁਸੀਂ ਦੇਖੀ ਜਾਓ ਮੈਂ ਘੜੀ ਬਹਿ ਜਾਣਾ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਵੇਖ ਰਿਹਾ ਅੱਛਾ ਜੀ ਤੇ ਇਹਦਾ ਮੂੰਹ ਪਰੇ ਨੂੰ ਕਰਾਇਆ ਨਾਰਾਜ਼ ਹੈ ਰੁੱਸੀ ਕਿਸੇ ਨੂੰ ਨਹੀਂ ਨਹੀਂ ਅੱਛਾ ਬੜੀ ਸੁਲਾਹ ਵਾਲੀ ਹੈ ਅੱਛਾ ਵੈਸੇ ਹੀ ਹਾਂਜੀ ਟੇਡੀ ਉੱਚੀ ਕੋ ਰੱਖੀ ਚੋਰੀ ਹੋਈ ਨੇ ਥੱਲੇ ਭਾਜੀ ਤੁਸੀਂ ਗੱਲਾਂ ਕਿਸ ਤਰ੍ਹਾਂ ਦੀਆਂ ਕਰਦੇ ਨਹੀਂ ਥੋੜੇ ਥੱਲੇ ਵੀ ਰੱਖਿਆ ਕਰੋਗੇ ਯਾਰ ਭਾਜੀ ਜਿੱਥੇ ਮਾਲ ਲੱਗਾ ਵਾ ਨੰਬਰ ਵੱਖਰੇ ਵੱਖਰੇ ਲੱਗੇ ਆ ਇਹ 10 ਨੰਬਰ ਆ 9 ਨੰਬਰ ਆ 12 ਨੰਬਰ ਆ 5 ਨੰਬਰ ਆ 3 ਨੰਬਰ 9 ਨੰਬਰ 7 ਨੰਬਰ ਇਹ ਸਾਰੇ ਨੰਬਰ ਲਹਿਦਾ ਲਹਿਦਾ ਹੁੰਦੇ ਜਨਾਬ ਨਾਲ ਕੋ ਪੌੜੀਆਂ ਵੀ ਲਾਓ ਬੰਦਾ ਛੋਟੇ ਕਰਦਾ ਵੀ ਹੁੰਦਾ ਲਾਉਣੀ ਔਖੀ ਹੋ ਜੇ ਕੌਣ ਤੋਂ ਮਿਲਾ ਅੱਛਾ ਜੀ ਪੌੜੀਆਂ ਤੁਸੀਂ ਕੋਠਾ ਲੇਪਣਾ ਅੱਛਾ ਜੀ ਲੈਣਾ ਆਇਓ ਇਹ ਸਵੀਟ ਲੈਦਰ ਇਹ ਸਵੀਟ ਲੈਦਰ ਆ ਜੀ ਇਹ ਪਿਓਰ ਲੈਦਰ ਆ ਜਨਾਬ ਇਹ ਗੋਕਾ ਲੈਦਰ ਆ ਗਾਂ ਦਾ ਲੈਦਰ ਆ ਕਹਦਾ ਗਾਂ ਦਾ ਅੱਛਾ ਜੀ ਹਾਂਜੀ ਜਿਹੜੀ ਇਹ ਤਾਂ ਮੋਟੀ ਮਲਾਈ ਨਹੀਂ ਆਏਗੀ ਮੋਟੀ ਹਾਂਜੀ ਗਾਂ ਦਾ ਹੈਗਾ ਨਾ ਲੈਦਰ ਨਹੀਂ ਸਰ ਇਹ ਐਸੀ ਗੱਲ ਕੋਈ ਨਹੀਂ ਹੈਗੀ ਤੇ ਗਾਂ ਦਾ ਲੈਦਰ ਤੇ ਬੱਚੇ ਪਾਉਂਦੇ ਹੋਣੇ ਨੇ ਫਿਰ ਉਹ ਬੱਚੇ ਸਰ ਬੱਚੇ ਹਾਂ ਗਾਂ ਦਾ ਦੁੱਧ ਤੇ ਗਾਂ ਦਾ ਲੈਦਰ ਬੱਚੇ ਲਈ ਬੜਾ ਅੱਛਾ ਹੁੰਦਾ ਬੱਚਿਆਂ ਵਾਸਤੇ ਬੱਕਰੀ ਦਾ ਦੁੱਧ ਵੀ ਅੱਛਾ ਹੁੰਦਾ ਅੱਛਾ ਅੱਛਾ ਹਾਂਜੀ ਅੱਛਾ ਗਾਂ ਦਾ ਲੈਦਰ ਹਾਂਜੀ ਗਾਂ ਦੇ ਲੈਦਰ ਗਾਂ ਨਹੀਂ ਨਹੀਂ ਤੁਸੀਂ ਇੰਦੀ ਬੋਲਣਾ ਤੁਹਾਨੂੰ ਪਹਿਲੇ ਬਾਹਰ ਬੰਨਣਾ ਵਾ ਨਹੀਂ ਗਾਂ ਦਾ ਪੱਕੀ ਗੱਲ ਜੇ ਵਹਿੜੇ ਦਾ ਹੋਇਆ ਤਾਂ ਫਿਰ ਨਹੀਂ ਜੀ ਵਹਿੜੇ ਤਾਂ ਨਹੀਂ ਇਹ ਗਾਂ ਦਾ ਇਹ ਪਿਓਰ ਗਾਂ ਦਾ ਸਾਨੂੰ ਪਤਾ ਨਾ ਜੀ ਅਸੀਂ ਮਾਲ ਲੈਣੇ ਆ ਫੈਕਟਰੀਆਂ ਜਾਂਦੇ ਤੇ ਬਣਦਾ ਦੇਖਦੇ ਆ ਅੱਛਾ ਗਾਂ ਦਾ ਅਸੀਂ ਉਹਨਾਂ ਨੂੰ ਆਰਡਰ ਦੇ ਕੇ ਆਨੇ ਅੱਛਾ ਇੱਕ ਗਾਂ ਦਾ ਹੁੰਦਾ ਕੁੱਤਾ ਗਾਂ ਦਾ ਗਾਂ ਦਾ ਉਹ ਤਾਂ ਨਹੀਂ ਲੈ ਗਾਂ ਦਾ ਨਹੀਂ ਜਨਾਬ ਗਾਂ ਦਾ ਗਾਏ ਕਾਓ ਕਾਓ ਇੱਕ ਵਾਰੀ ਫਿਰ ਕਾਓ ਅੱਛਾ ਇਹ ਕਾਓ ਦਾ ਜੀ ਯਾਰ ਮੈਨੂੰ ਬੜਾ ਪਸੰਦ ਆਇਆ ਵੈਸੇ ਨਾ ਠੀਕ ਹੈ ਜੀ ਠੀਕ ਹੈ ਭਾਜੀ ਇਹ ਇਹ ਕਿੰਨੇ ਜੋੜੇ ਕਰਦੀ ਹੈ ਜੀ ਭਾਜੀ ਇਹ ਵੀ ਇੱਕ ਕਰੋ ਠੀਕ ਹੈ ਹਾਂਜੀ ਇਹ ਬਹੁਤ ਵਾਲਾ ਸੋਲ ਵੀ ਬੜਾ ਅੱਛਾ ਲੱਗਾ ਜੀ ਜੀ ਇਹ ਸਰ ਇਹ ਪਾਣੀ ਦੇ ਵਿੱਚ ਗਲੇਗਾ ਨਹੀਂ ਇਹ ਜਨਾਬ ਇਹਦਾ ਪਾਣੀ ਦੇ ਵਿੱਚ ਤੁਹਾਡਾ ਸੋਲ ਜਿਹੜਾ ਲੱਥੇਗਾ ਨਹੀਂ ਬਿਹਤਰੀਨ ਜਨਾਬ ਪਾਣੀ 'ਚ ਵੀ ਪਾ ਸਕਦੇ ਹੋ ਤੁਸੀਂ ਮੇਰਾ ਮਤਲਬ ਕਿ ਨਹਾਉਣ ਲੱਗੇ ਵੀ ਪਾ ਸਕਦੇ ਉਸ ਪਾਣੀ 'ਚ ਪਾਉਣਾ ਕਿਉਂ ਸਾਡੀ ਰਾਇ ਛੱਪੜ 'ਚ ਸਾਡੀ ਪਾਣੀ 'ਚ ਪਾਉਣਾ ਕਿਉਂ ਬਸ ਠੀਕ ਹੈ ਲੱਗ ਰੂ ਹੁਣ ਇਹਦੀ ਜੁੱਤੀ ਪਾ ਲੈਂਦਾ ਪਾਣੀ 'ਚ ਵੜਦਾ ਯਾਰ ਸ਼ਕਲ ਉਹਦੇ ਤੁਸੀਂ ਪਾਣੀ ਵਾਲੇ ਲੱਗਦੇ ਹੋ ਹੈ ਹੁਣ ਪਤਾ ਨਹੀਂ ਮੈਂ ਵੈਸੇ ਗੱਲ ਕਰਦਾ ਵੀ ਮੇਰਾ ਮਤਲਬ ਕਿ ਨਹਿਰਾਂ ਨੂਰਾਂ ਆਲ ਦਰਿਆ ਨਾਲ ਕੋਈ ਪੂਲ ਵੀ ਤੁਹਾਡੇ ਘਰ ਬਣੇ ਹੋਣਗੇ ਵੱਡੇ ਘਰ ਦੋ ਦੋ ਕਨਾਲ ਦੇ ਘਰ ਹੋਣਗੇ ਤੁਹਾਡੇ ਜਿਹੜੇ ਐਡੀ ਮਹਿੰਗੀ ਜੁੱਤੀ ਲੈਣ ਆ ਗਏ ਉਹਨਾਂ ਤੇ ਜ਼ਾਹਿਰ ਹੈ ਪੂਲ ਤੇ ਹੋਣਗੇ ਮੈਨੂੰ ਬਹੁਤ ਪਸੰਦ ਆਇਆ ਵੀ ਇਹ ਸਟੱਫ ਵੀ ਔਰ ਅੱਛਾ ਠੀਕ ਹੈ ਭਾਜੀ ਇਹ ਕਹਿ ਕਰੋ ਹਾਂਜੀ ਕਿੰਨੇ ਹੋ ਗਏ ਤਿੰਨ ਹੋ ਗਏ ਤਿੰਨ ਹੋ ਗਏ ਜੀ ਇੱਕ ਰਹਿ ਗਿਆ ਚੌਥਾ ਕਿਹੜਾ ਕਰਨਾ ਸਰ ਇੱਕ ਰਹਿ ਗਿਆ ਜੋੜਾ ਹਾਂਜੀ ਚੌਥਾ ਆ ਕਰ ਲਓ ਇਹ ਦੇਖੋ ਕਿੰਨੀ ਪਿਆਰੀ ਜੁੱਤੀ ਹੈ ਨੀਟ ਕਲੀਨ ਇਹ ਦੇਖੋ ਕਲਿੱਪ ਲੱਗਾ ਲਾੜਾ ਪਾਏਗਾ ਖੂਬਸੂਰਤ ਲੱਗੇਗਾ ਸਹੁਰੇ ਵੀ ਜਾਏਗਾ ਨਾ ਸਹੁਰੇ ਕਹਿਣਗੇ ਬਹੁਤ ਸੋਹਣੀ ਜੁੱਤੀ ਹੈ ਇਹ ਤੁਸੀਂ ਇੱਥੇ ਛੱਡ ਜਾਓ ਤੁਸੀਂ ਜਾਓ ਇਹਦਾ ਮਤਲਬ ਕਿ ਤੁਹਾਡੀ ਜੁੱਤੀ ਸੰਭਾਲ ਕੇ ਰੱਖੋ ਮੈਂ ਚਾਹ ਰਿਹਾ ਕੋਈ ਲੈਸਿਸ ਦੇ ਵਿੱਚ ਹੋ ਜਾਏ ਤਿੰਨ ਜੋੜੇ ਹੋ ਗਏ ਨਾ ਹਾਂਜੀ ਤਿੰਨ ਜੋੜੇ ਆਓ ਮੇਰੇ ਨਾਲ ਆਓ ਹਾਂਜੀ ਹਾਂਜੀ ਐ ਆ ਗਏ ਜੀ ਜੋਗਰ ਨਾਲ ਕੀ ਲੈਣਾ ਜੀ ਜੋਗਰ ਜੋਗਰ ਹੈ ਨਾ ਇਹ ਜੋਗਰ ਕੀ ਮਤਲਬ ਭਾਈ ਤੁਹਾਡਾ ਦੌੜ ਲਾਉਂਦਾ
ਤੁਹਾਡੇ ਜੀ ਰਿਵਾਜ ਹੋਏਗਾ ਸਾਡੇ ਤੇ ਨੰਗੀ ਪੈਰੀ ਨਹੀਂ ਦੌੜਦੇ ਬਾਈ। ਅੱਛਾ ਤੁਹਾਡੇ ਵਾਲੇ ਜਰਾਬਾਂ ਪਾ ਕੇ ਦੌੜਦੇ ਨੇ? ਤੁਹਾਡੀ ਪਤਾ ਨਹੀਂ ਚੋਰ ਫੈਮਲੀ ਵੀ ਨੰਗੇ ਪੈਰੀ ਵੀ ਦੌੜ ਜਾਣਾ। ਬੁਰਾ ਭਾਈ ਜਾਨ ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਤੁਹਾਡੀ ਕੋਈ ਗੱਲ ਦੀ ਸਮਝ ਨਹੀਂ ਆ ਰਹੀ। ਤੁਸੀਂ ਮਾਲ ਹੁਣ ਤੱਕ ਤੁਸੀਂ ਕੁਝ ਲਿਆ ਹੈ? ਹੁਣ ਤੱਕ ਕੁਝ ਲਿਆ ਤੁਸੀਂ? ਮੈਂ ਤੁਹਾਡਾ ਟਾਈਮ ਹੀ ਲਿਆ। ਮੈਂ ਤੁਹਾਡੇ ਕੋਲ ਤੁਹਾਡੇ ਕੋਲ ਤਜਰਬਾ ਨਹੀਂ ਲਿਆ। ਅਸੀਂ ਦੁਕਾਨਦਾਰ ਆ, ਤੁਹਾਨੂੰ ਟਾਈਮ ਹੀ ਦੇਾਂਗੇ ਅਸੀਂ। ਜਦੋਂ ਮੈਂ ਕਦੋਂ ਆਇਆ ਮੈਂ ਤੁਹਾਡੇ ਕੋਲ ਆ ਕੇ ਸਾਹ ਨਹੀਂ ਲਿਆ। ਹਾਲ ਤੂੰ ਕਹਿੰਦੇ ਕੁਝ ਲਿਆ ਹੀ ਨਹੀਂ। ਸਾਹ ਕੀ ਤੁਸੀਂ ਮਤਲਬ ਦੌੜ ਕੇ ਜੁੱਤੀ ਲੈਣ ਆਏ ਹੋ ਕਿ ਤੋ ਚੋਰੀ ਦੌੜੇ ਹੋ ਜਾਂ ਤੁਹਾਨੂੰ ਕਿਸੇ ਨੇ ਬਾਹਰੋਂ ਵਟਾ ਮਾਰਿਆ? ਨਹੀਂ, ਮੈਨੂੰ ਤੁਹਾਡੀ ਬਹੁਤ ਬੁਰੀ ਗੱਲ ਲੱਗੀ ਕਿ ਨੰਗੇ ਪੈਰੀ ਤੂੰ ਨੰਗੇ ਪੈਰੀ ਵੀ ਦੌੜ ਜਾਂਦੀ ਹੋ ਯਾਰ, ਉਹ ਸ਼ਰਮ ਹਯਾ ਚਾਹੀਦੀ ਬੰਦੇ। ਭਾਈ ਜਾਨ ਅਮੂਮਨ ਦੌੜ ਨੰਗੀ ਪੈਰੀ ਲੱਗਦੀ ਆ, ਭਲਵਾਨ ਨੰਗੀ ਪੈਰੀ ਘੁਲਦੇ ਆ, ਬਾਕਸਰ ਨੰਗੀ ਪੈਰੀ ਘੁਲਦੇ ਆ। ਯਾਰ ਤੇਰੀ ਦੁਕਾਨ ਆ ਕਿ ਖਾੜਾ ਇੱਥੇ? ਮੈਂ ਟ੍ਰੇਨਿੰਗ ਲੈਣ ਆਇਆ ਕਿ ਜੁੱਤੀ ਲੈਣ ਆਇਆ? ਤੁਸੀਂ ਦੌੜਨ ਦੀ ਗੱਲ ਕਰ ਰਹੇ ਹੋ, ਜੋਗਰ ਪਾ ਕੇ ਦੌੜਨਾ? ਤੇ ਜੋਗਰਾ ਨਾ ਬੰਦਾ ਥੱਕਦਾ ਨਹੀਂ ਭਾਜੀ ਦੌੜ ਕੇ? ਐਵੇਂ ਨਹੀਂ ਲੱਗਦਾ। ਭਾਈ ਜਾਨ ਤੁਸੀਂ ਮੇਰੀ ਗੱਲ ਸੁਣੋ, ਕੀ ਲੈਣਾ? ਵੈਰੀ ਗੁੱਡ ਯਾਰ। ਹਾਂਜੀ ਆਹਾ ਸਰ, ਮਾਲ ਸਾਡੇ ਕੋਲ ਇੱਕ ਨੰਬਰ ਹੋਏਗਾ। ਹੈ? ਸਾਡੇ ਕੋਲ ਮਾਲ ਇੱਕ ਨੰਬਰ ਹੋਏਗਾ। ਨਹੀਂ ਤੇ ਮੈਨੂੰ ਚਾਹੀਦਾ 7 ਨੰਬਰ। ਇੱਕ ਨੰਬਰ ਸਾਰਾ? ਤੁਸੀਂ ਇੱਕ ਇੱਕ ਕਰਕੇ 7 ਨੰਬਰ ਕਰ ਲਓ ਨਾ। ਨਹੀਂ ਨਹੀਂ, ਮੈਂ ਤੁਹਾਨੂੰ 7 ਜੋੜੇ ਵੀ ਹੋ ਜਾਣਗੇ, ਨੰਬਰ ਵੀ ਤੁਹਾਡੇ ਪੂਰੇ ਹੋ ਜਾਣਗੇ। ਮੈਂ ਤੁਹਾਨੂੰ 7 ਨੰਬਰ ਕਿਹਾ, ਤੁਸੀਂ ਕਹਿੰਦੇ 1 ਨੰਬਰ ਮਾਲ। ਭਾਈ ਜਾਨ 7 ਨੰਬਰ ਮੰਗਾ ਕੇ ਦਿਓ ਨਾ। ਤੁਹਾਨੂੰ 7 ਨੰਬਰ ਚਾਹੀਦਾ? ਆਹੋ। ਤੁਸੀਂ ਫਿਰ ਛੱਡ ਦਿਓ, ਤੁਹਾਨੂੰ 7 ਨੰਬਰ ਮੰਗਾ ਦਿੰਨੇ, ਕੱਲ ਆ ਜਾਣਾ। ਕੀ ਮਤਲਬ? ਕੱਲ ਆ ਜਾਣਾ ਤੁਸੀਂ? ਹੈ? ਕੱਲ ਆ ਜਾਣਾ? ਨਹੀਂ ਨਹੀਂ, ਅੱਛਾ ਮਤਲਬ ਇਹ ਹੈ ਕਿ 7 ਨੰਬਰ ਪਾ ਨਹੀਂ ਸਕਦਾ। ਇਹ ਭਾਈ 7 ਨੰਬਰ ਨਹੀਂ ਹੈਗਾ, ਇਹ 8 ਨੰਬਰ ਮਾਲ ਹੈਗਾ। 8 ਨੰਬਰ? ਇਹ 8 ਨੰਬਰ। ਅੱਛਾ, ਇਹ 8 ਵਾਲਾ? ਹਾਂਜੀ। ਠੀਕ ਹੋ ਗਿਆ, ਆ ਜਾਓ। ਇਹ ਕਲੈਕਸ਼ਨ ਤੁਹਾਡੇ ਕੋਲ ਬਹੁਤ ਵਧੀਆ ਪਈ ਸਾਰੀ ਹੈ। ਕਲੈਕਸ਼ਨ ਸਰ ਸਾਡੇ ਕੋਲ ਪੂਰੀ ਵਰਲਡ ਦੀ ਹੁੰਦੀ ਹੈ। ਇਹ ਦੇਖੋ ਬੱਚੀਆਂ ਦੀਆਂ ਜੁੱਤੀਆਂ। ਮਾਸ਼ਾਅੱਲਾ। ਬੱਚਿਆਂ ਦੇ ਪੈਰ। ਹਾਂ, ਬੱਚਿਆਂ ਦੇ ਹਰ ਨੰਬਰ ਦੀ ਜੁੱਤੀ ਤੁਹਾਨੂੰ ਮਿਲੇਗੀ। ਹਰ ਪੈਰ ਦੀ ਜੁੱਤੀ ਮਿਲੇਗੀ। ਦੁਆ ਕਰੋ ਕਾਰੋਬਾਰ ਨਾ ਕਿ ਦੁਆ ਅੱਲਾ ਬੱਚਾ ਦੇਵੇ। ਹਾਲੇ ਤਾਂ ਵਿਆਹ ਹੋ ਰਿਹਾ ਬੱਚੇ ਦਾ। ਸਰ ਜ਼ਾਹਿਰ ਹੈ ਸਾਡੇ ਭਰਾ ਦੀ ਸ਼ਾਦੀ ਹੋਏਗੀ। ਹਾਂਜੀ ਹਾਂਜੀ। ਭਰਾ ਦੀ ਸ਼ਾਦੀ ਹੋਏਗੀ, ਅੱਲਾ ਬੱਚਾ ਵੀ ਦੇਏਗਾ। ਜ਼ਾਹਿਰੀ ਗੱਲ ਹੈ ਜੀ। ਹੁਣ ਜ਼ਾਹਿਰ ਹੈ। ਐਡਾ ਐਡਵਾਂਸ ਤੇ ਨਾ ਚੱਲੋ ਕਿ ਮੈਂ ਪਹਿਲੇ ਜੁੱਤੀਆਂ ਲੈ ਕੇ ਰੱਖੀ ਜਾਵਾਂ। ਨਹੀਂ, ਪਹਿਲੇ ਰੱਖ ਵੀ ਲਓਗੇ ਤਾਂ ਕੀ ਹਰਜ ਹੈ? ਹਾਂ ਨਹੀਂ, ਅੱਛੀ ਗੱਲ। ਸਿਆਣੇ ਲੋਕ, ਸਮਝਦਾਰ, ਜਿਹੜੇ ਪੜ੍ਹੇ ਲਿਖੇ ਲੋਕ ਆ, ਪਹਿਲੇ ਲੈ ਕੇ ਰੱਖ ਲੈਂਦੇ ਨੇ। ਹਾਂਜੀ, ਮਾਸ਼ਾਅੱਲਾ ਕਿੰਨਾ ਸੋਹਣਾ ਹੈ, ਛੋਟਾ ਜਿਹਾ ਜੋਗਰ ਲੱਗ ਰਿਹਾ। ਹਾਂਜੀ ਹਾਂਜੀ। ਹੈਂਜੀ? ਹਾਂਜੀ। ਇਹ ਵੇਚਣ ਵਾਲਾ ਹੀ ਹੈ ਸਾਰਾ? ਨਹੀਂ ਜੀ, ਨਹੀਂ। ਇਹ ਪਿਛਲੇ ਕਮਰੇ 'ਚ ਰੱਖਣ ਵਾਲਾ। ਇਹ ਵੇਚਣ ਵਾਲਾ ਭਾਈ ਜਾਨ? ਵੇਚਣ ਵਾਲਾ ਹੀ। ਗੱਲਾਂ ਕਿਸ ਤਰ੍ਹਾਂ ਦੀਆਂ ਕਰਦੇ ਹੋ ਤੁਸੀਂ, ਮੈਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਆ ਰਹੀ। ਚਲੋ ਬਾਰਲ। ਹਾਂਜੀ, ਇਹ ਸ਼ਾਦੀ ਵਾਲਾ ਮੈਂ ਤੁਹਾਨੂੰ ਵੈਸੇ ਦਿਖਾਇਆ, ਇਹ ਲੈਣਾ ਹੈ ਕਿ ਭਰਾ ਦੀ ਬਚਪਨ 'ਚ ਸ਼ਾਦੀ ਕਰਨੀ, ਇੱਕ ਹੋਰ ਆ ਰਿਹਾ? ਉਹ ਨਹੀਂ ਨਹੀਂ ਨਹੀਂ, ਬੱਚਿਆਂ ਨਾਲ ਵਿਆਹ 'ਚ ਬੱਚੇ ਨਹੀਂ ਹੁੰਦੇ ਯਾਰ, ਫੈਮਲੀ 'ਚ ਬੱਚੇ ਨਹੀਂ ਹੁੰਦੇ। ਹਾਂ ਹਾਂ, ਦੇਖੋ ਦੇਖੋ ਦੇਖੋ, ਫਿਰ ਛੱਡ ਦੇ ਨਾ ਇਸ ਗੱਲ ਨੂੰ, ਬਹਿਸ ਕਰੀ ਜਾ। ਦੇਖ ਲਓ, ਆ ਦੇਖੋ, ਬੱਚਿਆਂ ਵਾਸਤੇ ਇਹ ਚੀਜ਼ਾਂ ਜਿਹੜੀਆਂ ਨੇ, ਬੱਚਿਆਂ ਵਾਸਤੇ ਹੀ ਹੈ। ਇਹ ਰੱਖਿਆ ਕਿ ਤਾਂ ਕਿ ਪਹਿਚਾਣ ਰਵੇ ਕਿ ਬੱਚਿਆਂ ਦੀ ਜੁੱਤੀ। ਨਹੀਂ ਯਾਰ, ਤਸਵੀਰਾਂ ਤੇ ਘਰ ਵੀ ਬਹੁਤ ਲੱਗੀਆਂ ਨੇ, ਤਸਵੀਰਾਂ ਵੀ ਵੇਚਦੇ ਹੋ? ਨਹੀਂ, ਬੱਚਿਆਂ ਦੇ ਤਸਵੀਰਾਂ ਸਰ, ਦੇਖੋ ਇਸ ਵਾਸਤੇ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਜੁੱਤੀਆਂ ਨੇ। ਅੱਛਾ ਜੀ। ਇਹ ਬੱਚਿਆਂ ਵੱਲ ਦੇਖ ਕੇ ਬੱਚੇ ਫਿਰ ਲੈਂਦੇ ਨੇ? ਬੱਚਿਆਂ ਵਰਗੇ ਬੱਚੇ ਸਾਰੇ, ਬੱਚੇ ਸਾਰੇ ਸਾਂਝੇ ਹੁੰਦੇ, ਬੱਚੇ ਸਾਰਿਆਂ ਦੇ ਸਾਂਝੇ ਹੁੰਦੇ। ਹਾਂ, ਕੀ ਖਿਆਲ? ਤੁਸੀਂ ਵੀ ਤੇ ਕਿਸੇ ਦੇ ਬੱਚੇ ਹੀ ਹੋ ਨਾ ਸਰ। ਬਾਤ ਉਸ ਮਾਂ ਪਿਓ ਦਾ ਹੌਸਲਾ ਹੀ ਹੈ। ਕੈਸੀ ਗੱਲ ਹੈ? ਹਾਂਜੀ, ਸੇਮ ਟੂ ਯੂ ਜੀ। ਅੱਛਾ ਜੀ, ਇਹ ਕੀ ਹੈ ਜੀ? ਇਹ ਵੀ ਜੋਗਰ ਟਾਈਪ ਹੈ ਬੱਚਿਆਂ ਦੇ? ਹੈ, ਜੋਗਰ ਹੀ ਹੈ ਜੀ। ਹੋਰ ਇਹ ਰੁਮਾਲ ਆ? ਇਹ ਸਨੀਕਰ ਹੈਗਾ? ਸਨੀਕਰ? ਸਨੀਕਰ? ਸਨੀਕਰ ਜੀ, ਕੁਆਲਿਟੀ ਹੈ? ਹਾਂ, ਨਹੀਂ ਨਹੀਂ, ਕੁਆਲਿਟੀ ਦਾ। ਛੋਟਾ ਪੈਰ ਹੈ, ਵੱਡਾ ਪੈਰ ਹੈ? ਇੱਕ ਪੈਰ ਵੱਡਾ, ਇੱਕ ਛੋਟਾ। ਇੱਕ ਮਸਲਾ ਇਹਨਾਂ ਨੂੰ, ਕੋਈ ਬਿਮਾਰ ਸੀ ਹੈ? ਨਹੀਂ। ਕੀ ਵੱਡਾ ਵੱਡਾ ਛੋਟਾ ਕਿਸ ਤਰ੍ਹਾਂ ਹੋ ਗਿਆ? ਡਾਕਟਰ ਸਾਹਿਬ ਤੁਸੀਂ ਰਹਿਣ ਦਿਓ। ਅੱਛਾ, ਆਪਣੀ ਤੁਸੀਂ ਦੇਖੋ ਜੁੱਤੀ, ਹੋਰ ਦੇਖੋ। ਨਹੀਂ, ਇਹ ਪੂਰੀ ਫੈਮਲੀ ਪਈ ਹੈ, ਵੱਡਾ ਤੁਸੀਂ ਛੱਡ ਦਿਓ ਨਾ, ਜੁੱਤੀ ਹੋਰ ਦੇਖੋ ਤੁਸੀਂ ਭਾਈ ਨਾ। ਭਾਜੀ ਮੈਂ, ਤੁਸੀਂ ਹੋਰ ਕੋਈ ਜਿਹੜਾ ਦੇਖਣਾ ਦੇਖੋ ਤੁਸੀਂ। ਅੱਛਾ ਅੱਛਾ, ਨਹੀਂ ਕਹਿਆ ਨਾ ਵੱਡਾ ਛੋਟਾ, ਮੈਂ ਕਿਹਾ ਪਤਾ ਨਹੀਂ ਪੂਰੀ ਫੈਮਲੀ ਪਈ। ਹਾਂਜੀ ਹਾਂਜੀ ਹਾਂਜੀ, ਇਹ ਲੇਡੀਜ਼? ਲੇਡੀਜ਼ ਆ ਜੀ। ਇਹ ਆਪਣਾ ਦੁਲਹਨ ਵਾਸਤੇ ਦੇਖ ਲਵੋ। ਇਹਨਾਂ ਨੇ ਕੋਈ ਜੁਰਮ ਕੀਤਾ ਜੀ? ਬੜੀ ਫਾਂਸੀ ਦਿੱਤੀ, ਲਟਕਾਈਆਂ, ਕੀ ਗੱਲ? ਉਹ ਭਾਈ ਜਾਨ, ਇਹ ਚੀਜ਼ਾਂ, ਇਹ ਡਿਜ਼ਾਈਨ ਹੈ, ਇਹ ਲਟਕਾਇਆ ਸਟੈਂਡ ਨੇ। ਸਟੈਂਡ? ਹਾਂਜੀ, ਇਹ ਸ਼ੂ ਸਟੈਂਡ ਹੈਗੇ। ਜੀ, ਬਸ ਆਪ ਲਿਆ ਤੁਸੀਂ ਵੀ, ਸਟੈਂਡ ਹੀ ਲਿਆ, ਕਾਰੋਬਾਰ ਨਹੀਂ ਲਿਆ ਤੁਸੀਂ। ਹਰ ਗੱਲ ਤੇ ਆ ਜਾਓ। ਵਾਹ ਰਸ਼ੀਦ। ਹਾਂਜੀ ਬੇਟੇ, ਮਾਲ ਲਾਓ, ਕਹਾ ਕਿਧਰ ਹੋ? ਜਲਦੀ ਲੈ ਕੇ ਵੋ ਮਾਲ ਲਗਾਓ, ਉੱਪਰ ਜਲਦੀ ਆ ਜਾਓ, ਆ ਜਾਓ, ਉੱਪਰ ਸੇ ਲੈ ਕੇ ਆ ਜੀ। ਅੱਛਾ ਜੀ, ਦੋ ਕੱਪ ਚਾਏ ਵੀ ਕਹਿ ਦੇਣਾ ਜੀ। ਦੋ ਕੱਪ ਚਾਏ? ਹਾਂਜੀ ਹਾਂਜੀ। ਯਾਰ ਤੁਹਾਡਾ ਖਰਾਕ ਵੀ ਬਹੁਤ ਅੱਛਾ ਲੱਗਾ। ਤੁਸੀਂ ਨਹੀਂ ਪੀਣੀ, ਉਹ ਸਾਡੇ ਕਾਰੀਗਰ, ਉਹਨਾਂ ਨੇ ਪੀਣੀ। ਅੱਛਾ, ਉਹਨਾਂ ਨੇ ਪੀਣੀ? ਹਾਂਜੀ, ਤੁਹਾਡਾ ਰੰਗ ਕਾਲਾ ਹੋ ਜਾਏਗਾ ਸਰ। ਨਹੀਂ, ਇਸ ਤੋਂ ਅੱਗੇ ਕੀ ਹੋਏਗਾ? ਮੰਗਾਓ ਤੁਸੀਂ। ਨਹੀਂ, ਪੀਲਾ ਵੀ ਹੋ ਸਕਦਾ, ਡੱਬ ਖੜਬਾ ਵੀ ਹੋ ਸਕਦਾ। ਚਾਰ ਕੱਪ ਤੁਸੀਂ ਮੇਰੇ ਲਈ ਮੰਗਾ ਲਓ। ਚਾਹ ਲੜ ਵੀ, ਕਿਉਂ ਜੀ, ਜੇਲੋ ਆਏ ਤੁਸੀਂ? ਚਲੋ ਆ ਜਾਓ ਫਿਰ। ਅੱਛਾ, ਚਾਹ ਲੜ ਵੀ ਸਕਦੀ ਤੁਹਾਨੂੰ? ਹੈ, ਮੈਂ ਗੱਲ ਕਰਦਾ ਕਿ ਜ਼ਿਆਦਾ ਚਾਹ ਨਾਲ ਜਿਗਰ ਸੜਦਾ ਸਰ, ਹੁਣ ਮੌਸਮ ਚੇਂਜ ਹੋ ਗਿਆ। ਹਾਂ, ਇਹ ਤਾਂ ਹੈ। ਮੈਂ ਉਹ ਗੱਲ ਕਰਦਾ ਕਿ ਤੁਸੀਂ
ਉਹਦੇ ਵਿੱਚ ਵੱਟਾ ਹੁੰਦਾ ਔਰ ਰੱਖ ਕੇ ਵਿੱਚ ਗੁੜ ਉੱਤੇ ਰੱਖ ਕੇ ਤੰਬਾਕੂ ਰੱਖ ਕੇ ਉੱਤੇ ਗੁੜ ਰੱਖ ਕੇ ਉਹਦੇ ਉੱਤੇ ਜਨਾਬ ਤੁਸੀਂ ਉਹ ਪਾਣਾ ਅੱਗ ਦੇ ਕੋਲੇ ਜੇ ਤੁਹਾਡੇ ਵਰਗਾ ਪਾਠੀਆਂ ਸਾੜੋਗੇ ਤਾਂ ਜ਼ਿਆਦਾ ਅੱਛਾ ਤੁਹਾਡੇ ਵਰਗਾ ਹਕੀਮ ਨੇ ਆਪਣਾ ਕੁਛ ਤਾਂ ਖਾ ਕੇ ਤੇ ਰਾਤ ਨੂੰ ਤਕਰੀਬਨ 3:15 ਵਜੇ ਦਮ ਦੇ ਜਾਂਦਾ ਹੁੰਦਾ ਐਵੇਂ ਆਪਣੀ ਦਵਾਈ ਖਾ ਕੇ ਪੁਰਾਣੀ ਸੌਗੀ ਖਾਓਗੇ ਨਾ ਜੀ ਜੀ ਪੁਰਾਣੀ ਸੌਗੀ ਨਹੀਂ ਮੈਂ ਨਵੀਂ ਖਾਣੀ ਹੈ ਮੈਂ ਤਾਂ ਬੜਾ ਕੰਮ ਕਰਦਾ ਜੀ ਛੱਡ ਦੇ ਅੱਛਾ ਇਧਰ ਆਓ ਭਾਈ ਹਾਂਜੀ ਮੈਨੂੰ ਕਿੱਥੇ ਲਈ ਫਿਰਦੇ ਭਾਜੀ ਤੁਸੀਂ ਕੱਚੇ ਚੌਲ ਤਾਂ ਨਹੀਂ ਖਾਦੇ ਫਰੀ ਜਾਣ ਰਹੇ ਤੁਸੀਂ ਕੁਝ ਲੈਣਾ ਵੀ ਹੈ ਕਿ ਨਹੀਂ ਅੱਛਾ ਹੁਣ ਗੱਲ ਇਹ ਹੈ ਹਾਂਜੀ ਹਜ਼ੂਰੇ ਵਾਲਾ ਮੈਂ ਕਰੀ ਬਹਿ ਜਾਓ ਮੈਂ ਸਰਾਣਾ ਲਿਆ ਕੇ ਲੇਟ ਜਾਣਾ ਤੇ ਅੱਧਾ ਘੰਟਾ ਖਲਾ ਤੁਹਾਨੂੰ ਮੈਂ ਦਿਖਾਇਆ ਤਿੰਨ ਜੋੜੇ ਤੁਹਾਨੂੰ ਕਹੇ ਨੇ ਹਾਂ ਤਿੰਨ ਜੋੜੇ ਹੋ ਗਏ ਚੌਥਾ ਕਿਹੜਾ ਲੈ ਅੱਛਾ ਉਹ ਜਿਹੜਾ ਸਾਹਮਣੇ ਪਿਆ ਉਹ ਲੈ ਕੇ ਆਓ ਕਿਹੜਾ ਜੀ ਇਹ ਜਿਹੜਾ ਇਹ ਜਿਹੜਾ ਆਹੋ ਇਹ ਲੈ ਲਓ ਜੀ ਕਿਆ ਯਾਰ ਤੁਹਾਡੀ ਸਿਲੈਕਸ਼ਨ ਹੈ ਸਿਲੈਕਸ਼ਨ ਬਹੁਤ ਅੱਛੀ ਹੈ ਹੈਨਾ ਹਾਂਜੀ ਸ਼ਾਰ ਵੈਰੀ ਗੁੱਡ ਇਹ ਦੇਖੋ ਨਾ ਇਹ ਸਲਵਾਰ ਕਮੀਜ਼ ਦਾ ਬੰਦਾ ਪਾ ਕੇ ਹਾਂ ਬਿਹਤਰੀਨ ਸੋਹਣਾ ਸ਼ੂਜ਼ ਹੈ ਹਾਂਜੀ ਇਹ ਜਿਹੜਾ ਨਾਲ ਹੈ ਬਲੈਕ ਦੇ ਨਾਲ ਅੱਛਾ ਜੀ ਜ਼ਿਆਦਾ ਘੁੱਟ ਕੇ ਨਾ ਫੜੋ ਉਹਨੂੰ ਬੇੜਾ ਗਰ ਕਰ ਦੇਣਾ ਜਿੱਦੋਂ ਫੜਨਾ ਲਓ ਸਰ ਮੈਂ ਤੇ ਬੜਾ ਪੋਲਾ ਜੇ ਮੈਂ ਤੇ ਇੰਜ ਜਿਵੇਂ ਟਿਸ਼ੂ ਫੜਿਆ ਐ ਦੇਖਿਆ ਹਾਂ ਵੈਰੀ ਗੁੱਡ ਨਹੀਂ ਇਹ ਨਹੀਂ ਉਹ ਦੂਜਾ ਲਿਆ ਉਹ ਥੱਲੇ ਵਾਲਾ ਆਉ ਥੱਲੇ ਵਾਲਾ ਫੜੋ ਨਾ ਯਾਰ ਨਖਰੇ ਕਾਦੇ ਲਈ ਕਰਨੇ ਆ ਕੰਮ ਨਹੀਂ ਕਰਦਾ ਥੱਲੇ ਵਾਲਾ ਫੜੀ ਐ ਜੀ ਐ ਐ ਲਓ ਐ ਅੱਛਾ ਹੋਏਗਾ ਕਿਉਂ ਐ ਲਓ ਮੈਂ ਤਾਂ ਰੁਕਿਆ ਸੀ ਨਾ ਤੁਹਾਨੂੰ ਇਹੀ ਪਸੰਦ ਆਏਗਾ ਅੱਛਾ ਇਹਦੇ ਤੇ ਮੈਨੂੰ ਸ਼ੱਕ ਸੀ ਕਿ ਇਹ ਨਾ ਸੋਲ ਨਹੀਂ ਠੀਕ ਹੈਗਾ ਇਹਨੂੰ ਰੱਖ ਲਓ ਇਹ ਦੇਖੋ ਬਕਾਇਦਾ ਫੋਲਡ ਹੋ ਗਿਆ ਨਾ ਛੱਡ ਦੇ ਲੇਕਿਨ ਮੁੜ ਗਿਆ ਉਹ ਦੂਜਾ ਫੜੋ ਇੱਕ ਜੋੜਾ ਉੱਥੇ ਰੱਖ ਦਿਓ ਇਹ ਨਹੀਂ ਚਾਹੀਦਾ ਹੈਲੋ ਭਾਈ ਜਾਨ ਇਹ ਤੁਸੀਂ ਕੀ ਕਰੀ ਜਾ ਰਹੇ ਹੋ ਕੀ ਕਰ ਰਹੇ ਉਹ ਤੁਸੀਂ ਕੁਝ ਲੈਣਾ ਕਿ ਨਹੀਂ ਤੂੰ ਲੈਣਾ ਸੀ ਵੇਖਣੇ ਹੋਰ ਮੈਂ ਕਦੇ ਨਹੀਂ ਡਿਜ਼ਾਈਨ ਵੇਖਣਾ ਆ ਉਹ ਸਰ 3 ਘੰਟੇ ਹੋ ਗਏ ਅਸੀਂ ਵਿਹਲੇ ਨਹੀਂ ਹੈਗੇ ਤੁਹਾਡੇ ਵਾਸਤੇ ਸਮਝ ਆਈ ਕਿ ਨਹੀਂ ਕਸਮ ਤੇ ਕਾਲਾ ਜਰੋਂ ਤਾਂ ਮੈਂ ਤੂੰ ਵਿਹਲਾ ਹੀ ਕੋਈ ਬੰਦਾ ਨਹੀਂ ਤੈਨੂੰ ਵਿਹਲਾ ਹੀ ਮੈਂ ਕਸਟਮਰ ਹੈ ਤੇ ਸਵੇਰ ਦਾ ਇੰਨਾ ਮਾਲ ਵੇਚਿਆ ਤੂੰ ਅਜੀਬ ਕਸਟਮਰ ਆ ਯਾਰ ਰੱਖ ਉੱਥੇ ਯਾਰ ਕਿਹੜੇ ਕਿਹੜੇ ਜੋੜੇ ਪੈਕ ਕਰ ਦੋ ਜਿਹੜੇ ਮੈਂ ਤੁਹਾਨੂੰ ਕਿਹਾ ਸੀ ਨਾ ਉਹ ਆਰਟੀਕਲ ਉਹ ਦੇਖੇ ਨਾ ਭਾਜੀ ਤੁਸੀਂ ਪਸੰਦ ਕਰ ਲੈਣਾ ਆਹੋ ਹੁਣ ਕਿਹੜੇ ਕਿਹੜੇ ਜੋੜੇ ਪੈਕ ਕਰਨੇ ਯਾਰ ਇੱਕ ਬ੍ਰਾਊਨ ਕਿਹਾ ਹਾਂਜੀ ਉਹ ਬ੍ਰਾਊਨ ਹੋ ਗਿਆ ਇੱਕ ਬੱਕਲ ਵਾਲਾ ਇਹ ਬੱਕਲ ਵਾਲਾ ਇੱਕ ਉਹ ਲੈਕਸਿਸ ਵਾਲਾ ਉਹ ਬਲੈਕ ਜਿਹੜਾ ਇਹ ਬਲੈਕ ਜਿਹੜਾ ਠੀਕ ਹੋ ਗਿਆ ਜੀ ਠੀਕ ਤਿੰਨ ਹੋ ਗਏ ਚੌਥਾ ਚੌਥਾ ਜਿਹੜਾ ਮੈਂ ਤੁਹਾਨੂੰ ਪਹਿਲੇ ਕਿਹਾ ਸੀ ਇਹ ਲਾ ਇਹ ਜਿਹੜਾ ਇਹਨੂੰ ਕਰ ਚਾਰ ਜੋੜੇ ਹੋ ਗਏ ਹਾਂਜੀ ਚਾਰ ਜੋੜੇ ਠੀਕ ਹੋ ਗਿਆ ਅੱਛਾ ਹੁਣ ਮੈਨੂੰ ਪ੍ਰਾਈਸ ਮੇਰਾ ਡਨ ਕਰ ਲਓ ਪ੍ਰਾਈਸ ਕੀ ਜਨਾਬ ਉੱਤੇ ਲਿਖੀ ਪ੍ਰਾਈਸ ਅਸੀਂ ਕੋ ਤੁਹਾਨੂੰ ਵੱਖਰੀ ਦੱਸਣੀ ਹੈ ਉਹਦਾ ਲਿਖਿਆ ਸੀ 6600 ਤੇ 97 ਰੁਪਏ ਜੋ ਰੇਟ ਲਿਖਿਆ ਉਹੀ ਤੁਹਾਡੇ ਕੋਲ ਲੈਣਾ ਅਸੀਂ ਤੁਹਾਡੇ ਕੋਲ ਕੁਝ ਜ਼ਿਆਦਾ ਨਹੀਂ ਲੈਣਾ ਭਾਜੀ ਠੀਕ ਹੈ ਹਾਂਜੀ 6000 ਸਾਡੀ ਦੁਕਾਨ ਦਾ ਇੱਕ ਅਸੂਲ ਆ ਸਾਡੀ ਇੱਕ ਗੱਲ ਆ ਸਾਡਾ ਇੱਕ ਰੇਟ ਹੈ ਉਹੀ 6600 ਤਕਰੀਬਨ 6600 ਹਾਂਜੀ 6600 ਰੁਪਏ 6600 ਤੁਸੀਂ ਇਸ ਤਰ੍ਹਾਂ ਕਰੋ ਭਾਇਨ ਕਿ ਆਪਣਾ ਇਹਨਾਂ ਚਾਰਾਂ ਜੋੜਿਆਂ ਦੇ ਨਾ ਜੀ ਇਹਨਾਂ ਦੇ ਇਹ ਇੱਕ ਇੱਕ ਪੈਰ ਪੈਕ ਕਰ ਦਿਓ ਸੱਜਾ ਇੱਕ ਇੱਕ ਪੈਰ ਹਾਂਜੀ ਇਹ ਕੀ ਕਹਿਣ ਦੇ ਹੋ ਭਾਜੀ ਗੱਲ ਪਤਾ ਕੀ ਭਾਈ ਦਾ ਨਾ ਹੋਇਆ ਐਕਸੀਡੈਂਟ ਛੋਟੇ ਦਾ ਹਾਂਜੀ ਬੜਾ ਅਰਸਾ ਪਹਿਲੇ ਅੱਛਾ ਇੱਕ ਪੈਰ ਉਹਦਾ ਕੱਟਿਆ ਗਿਆ ਖੱਬਾ ਦਾ ਐਕਸੀਡੈਂਟ ਤੇ ਉਹਦਾ ਹਸਪਤਾਲ 'ਚ ਸ਼ਾਦੀ ਕਰਨੀ ਨਹੀਂ ਨਹੀਂ ਉਹਦੀ ਦਾਰੇ ਜਦੋਂ ਚਾਹੀਦੀ ਇੱਕ ਜੁੱਤੀ ਦੂਜੀ ਕਿਉਂ ਲਈ ਇੱਕ ਜੁੱਤੀ ਤੁਸੀਂ ਇੱਕ ਜੁੱਤੀ ਲੈ ਜਾਓਗੇ ਤੇ ਮੇਰੀਆਂ ਬਾਕੀ ਜੁੱਤੀਆਂ ਕੌਣ ਲਏਗਾ ਕੀ ਮਤਲਬ ਤੁਹਾਡੀ ਦੁਕਾਨਦਾਰੀ ਤੁਹਾਡੀ ਦੀ ਵਗ ਜਾਣੀ ਉਹ ਯਾਰ ਇਹ ਮੇਰੀ ਦੁਕਾਨਦਾਰੀ ਹੈ ਤੇ ਇੱਥੇ ਇੱਕ ਪੈਰ 'ਚ ਮੈਂ ਰੇਟ ਪਾ ਕੇ ਟੰਗਣੀ ਹੈ ਤੇ ਪੈਨ ਮੈਂ ਫਜ਼ੂਲ ਖਰਚ ਕਾਦੇ ਲਈ ਕਰਾਂ ਜਦੋਂ ਮੈਨੂੰ ਦੂਜੀ ਚਾਹੀਦੀ ਨਹੀਂ ਤੇ ਤੁਹਾਨੂੰ ਅਸੀਂ ਇੱਕ ਦੇਣੀ ਨਹੀਂ ਸਾਡੀ ਇੱਕ ਵਿਕਣੀ ਨਹੀਂ ਹੈ ਤੁਸੀਂ ਲੈ ਜਾਓਗੇ ਤੇ ਸਾਡੀ ਕਿਵੇਂ ਵਿਕੇਗੀ ਇਹ ਜੁੱਤੀ ਯਾਰ ਸਾਡੀ ਘਰ ਪਈ ਰਹਿਣੀ ਸੁਣਿਆ ਸਾਨੂੰ ਕੀ ਫਾਇਦਾ ਉਹਦਾ ਤੇ ਇੱਥੇ ਵੀ ਤੇ ਪਈ ਰਹਿਣੀ ਹੈ ਇੱਥੇ ਕਿਹੜਾ ਵੀ ਉਹਨੇ ਮਤਲਬ ਸੈਰ ਪੂਰਾ ਆਇਆ ਪੂਰਾ ਸ਼ਹਿਰ ਫਿਰ ਕੇ ਆਉਣਾ ਲੈ ਮਾਫ ਕਰੇ ਯਾਰ ਅਸਤਗਫਰੁੱਲਾ ਜਿਵੇਂ ਸਾਡਾ ਭਰਾ ਮਜਬੂਰ ਹੋ ਗਿਆ ਹਾਂ ਹੋਰ ਵੀ ਆ ਹੀ ਸਕਦਾ ਨਾ ਜਦਾ ਸੱਜਾ ਪੈਰ ਨਾ ਹੋਵੇ ਖੱਬੀ ਵੇਚ ਲਈ ਤੁਸੀਂ ਆ ਸੱਜਾ ਪੈਰ ਇੱਕ ਇੱਕ ਪੈਕ ਕਰੋ ਨਹੀਂ ਭਾਈ ਨਹੀਂ ਸਰ ਤੇ ਪੇਮੈਂਟ ਬਣਾਓ ਅੱਧੇ ਅੱਧੇ ਉਹ ਭਾਈ ਜਾਨ ਇੱਕ ਨਹੀਂ ਮਿਲਣਾ ਇਥੋਂ ਜਾਓ ਤੁਸੀਂ ਤੁਹਾਡੀ ਮਿਹਰਬਾਨੀ ਉੱਠ ਜਾ ਤੁਸੀਂ ਕੀ ਤੁਸੀਂ ਭਾਈ ਜਾਓ ਸ਼ਾਬਾਸ਼ ਪਤਾ ਲੱਗਿਆ ਇੱਕ ਪੈਰ ਦੇ ਦੇ ਨਾ ਇੱਕ ਪੈਰ ਜਿੱਥੋਂ ਮਿਲਦਾ ਉਥੋਂ ਲੈ ਲਓ ਭਾਜੀ ਜਾਓ ਤੁਹਾਡੀ ਮਿਹਰਬਾਨੀ ਸਾਡਾ ਦਿਮਾਗ ਨਾ ਖਾਓ ਤੂੰ ਤੇ ਇਸ ਗੱਲ ਤੇ ਪੈਰ ਨਹੀਂ ਲਾਉਣੇ ਜਿਹੜੀ ਮੈਂ ਤੇਰੇ ਨਾਲ ਕਰਨੇ ਆ ਭਾਈ ਜਾਨ ਤੁਹਾਡੇ ਭਾਈ ਦਾ ਐਕਸੀਡੈਂਟ ਹੋਇਆ ਦੁੱਖ ਵਾਲੀ ਗੱਲ ਹੈ ਬਹੁਤ ਅਫਸੋਸ 4400 ਬਣ ਗਿਆ ਅਫਸੋਸ ਆ 4400 ਇੱਕ ਜੁੱਤੀ ਦਾ ਹਾਂਜੀ ਤੇ ਹਾਫ ਕਰ ਕਿੰਨਾ ਬਣਿਆ 4400 ਦਾ 2200 ਰੁਪਏ ਬਣ ਗਿਆ ਹੈ ਹਾਂਜੀ 2200 ਬਣ ਗਿਆ 2200 ਹਿਸਾਬ ਨਾਲ ਦੋ ਜੋੜੇ ਪੈਕ ਕਰ ਇੱਕ ਇੱਕ ਪੈਰ ਠੀਕ ਹੈ ਉਹ ਭਾਈ ਜਾਨ ਇੱਕ ਇੱਕ ਪੈਰ ਤੁਹਾਨੂੰ ਦੇਵਾਂਗਾ ਮੇਰਾ ਇੱਕ ਪੈਰ ਕੌਣ ਲਏਗਾ ਹੈ ਯਾਰ ਮਜ਼ਾਕ ਕਰਨ ਦੇ ਹੋ ਤੁਸੀਂ ਉਹ ਤੁਸੀਂ ਹੈ ਕੌਣ ਹੋ ਜਿਵੇਂ ਮੇਰੇ ਭਰਾ ਦਾ ਕਿਸੇ ਨੇ ਪੈਰ ਲੈ ਲਿਆ ਤੇਰਾ ਵੀ ਕੋਈ ਲੈ ਲੇਗਾ ਉਹ ਯਾਰ ਅੱਲਾ ਤੋਂ ਡਰ ਯਾਰ ਬਾਦੋਂ ਆਵਾ ਦੇਈ ਜਾ ਰਿਹਾ ਬੜਾ ਤੇਰਾ
ਅੱਗੇ ਵੀ ਮੂੰਹ ਬਾਦਵਾ ਵਾਲਾ ਯਾ ਕੋਈ ਦੁਆਲਾ ਮੂੰਹ ਨਹੀਂ ਤੇਰਾ ਲੱਗਦਾ। ਇੱਕ ਪੈਰ ਪੈਕ ਕਰ ਦੇਣਾ ਮੇਰੇ ਉੱਪਰ ਜਾਨ, ਬਹਿਸ ਨਾ ਕਰ, ਮੇਰੇ ਟਾਈਮ ਨਹੀਂ ਕਰਨਾ। ਬੜਾ ਬਿੱਲੀ ਦੀ ਨੇਚਰ ਦਾ ਮੂੰਹ ਤੇਰਾ, ਕੋਈ ਜਾ ਆਪਣਾ ਕੰਮ ਕਰ, ਕਿਤੇ ਹੋਰ ਜਾ ਕੇ ਜੁੱਤੀ ਲੈ ਯਾਰ। ਜਾ ਮੇਰੇ ਭਰਾ ਡੱਬੇ ਫੜ ਪੈਕ ਕਰ, ਬਹਿਸ ਕਰ ਮੇਰੇ ਪੁੱਤ। ਚੱਲ ਔਰ ਰਸ਼ੀਦ ਇੱਕ ਇੱਕ ਪੈਰ ਤਾਹਰ ਕਰ ਯਾਰ, ਇੱਕ ਇੱਕ ਪੈਰ ਯਾਰ, ਬਾਹਰ ਆਓ ਯਾਰ, ਇਹਨਾਂ ਨੂੰ ਬਾਹਰ ਕੱਢੋ ਆ ਕੇ ਯਾਰ। ਕਿਹਨੂੰ ਬਾਹਰ ਕੱਢੋ, ਕਿਹਨੂੰ ਕਹਿੰਦੇ ਆ? ਤੈਨੂੰ ਕਹਿੰਦੇ, ਹੋਰ ਕਿਹਨੂੰ ਕਹਿੰਦੇ? ਜੁੱਤੀਆਂ ਪੈਕ ਕਰ, ਮੇਰਾ ਪੁਰਾਣ ਨਖਰੇ ਨਾ ਕਰ, ਚੱਲ ਉਹ ਜੁੱਤੀਆਂ ਮੈਂ ਸਾਰੇ ਦੋ ਪੈਰ ਪੈਕ ਕਰਨੇ, ਮੈਂ ਇੱਕ ਇੱਕ ਪੈਰ ਪੈਕ ਕਰਨਾ। ਤੇ ਮੈਨੂੰ ਦੋ ਚਾਹੀਦੇ ਨੇ, ਮੈਂ ਫਜ਼ੂਲ ਕਰਤਾ ਯਾਰ। ਤੇ ਮੈਂ ਇੱਕ ਵੇਚਣਾ ਨਹੀਂ, ਤੇ ਮੈਂ ਫਜ਼ੂਲ ਗੱਲ ਕਰਦਾ। ਤੇ ਮੈਂ ਬਿਲਾ ਵਜੇ ਪੈਸਾ ਲਈ ਜਾ ਮੰਡਾ। ਤੇ ਮੈਂ ਬਿਲਾ ਵਜੇ ਮੈਂ ਇੱਕ ਇੱਕ ਪੈਰ ਰੱਖ ਲਵਾਂ। ਉਹ ਭਾਈ ਜਾਨ ਦੇਖੋ ਕਹਿ ਰਹੇ ਨੇ ਕਿ ਇੱਕ ਇੱਕ ਪੈਰ ਲੈਣਾ ਭਾਜੀ। ਇੱਕ ਯਾਰ ਮੇਰੀ ਗੱਲ ਸੁਣੋ ਭਾਜੀ, ਮੇਰੇ ਭਰਾ ਦਾ ਹੋਇਆ ਐਕਸੀਡੈਂਟ। ਜੀ ਜੀ, ਖੱਬਾ ਪੈਰ ਉਹਦਾ ਕੱਟਿਆ ਗਰੀਬ। ਉਹ ਮੈਂ ਕੱਟਿਆ ਉਹਦੀ ਹੁਣ ਸ਼ਾਦੀ। ਇੱਕ ਮਿੰਟ ਠਹਿਰ ਜਾ, ਪੈਸਾ ਕਰੀ ਭਾਈ ਨੇ ਸੱਜਾ ਖੱਬਾ ਪੈਰ ਕੱਟਿਆ ਗਿਆ। ਪਾਵਾਂ ਸੱਜਾ ਵੀ ਕੱਟਿਆ ਜਾਵੇ, ਅਸੀਂ ਕੱਟਿਆ ਯਾਰ। ਉਹ ਸਾਹਮਣੇ ਜੁੱਤੀ ਲੈਣੇ ਨਾ, ਇੱਕ ਪੈਰ ਚਾਹੀਦਾ ਮੈਨੂੰ, ਦੂਜਾ ਚਾਹੀਦਾ ਜੀ। ਇੱਕ ਪੈਰ ਚਾਹੀਦਾ, ਤੁਸੀਂ ਉੱਥੇ ਜਾਓ ਹਸਪਤਾਲ ਜਿੱਥੇ ਇੱਕ ਇੱਕ ਪੈਰ ਮਿਲਦਾ, ਨਾਲੋ ਨਾਲ ਸਟੈਂਡ ਵੀ ਦਿੰਦੇ ਲੱਤ ਬੰਨਣ ਨੂੰ। ਚਲੋ ਜਾਓ ਉੱਠੋ। ਓਏ ਓਏ, ਬਹੁਤੀਆਂ ਗੱਲਾਂ ਨਾ ਕਰੋ। ਮੇਰੇ ਵੱਡੇ ਭਾਈ ਨੇ ਖੜੇ ਨੇ, ਤੁਹਾਨੂੰ ਪਤਾ ਮੈਂ ਤੁਹਾਨੂੰ ਕਹਿ ਰਿਹਾ। ਹਾਂ, ਤੂੰ ਜੁੱਤੀਆਂ ਵੇਚਣੀਆਂ ਨਹੀਂ? ਆਪਣੇ ਘਰ ਜਾਓ ਤੁਸੀਂ। ਉਹ ਤੂੰ ਗੱਲ 'ਚ ਪਾਉਣੀ ਰੱਖੀਆਂ, ਤੂੰ ਵੇਚਣੀਆਂ ਨਹੀਂ? ਤੇ ਯਾਰ ਇੱਕ ਇੱਕ ਵੇਚਣੀਆਂ ਮੈਂ ਭਾ ਜੁੱਤੀ ਇਥੋਂ। ਤੂੰ ਸਿਰ 'ਚ ਖਾਣੀਆਂ ਨਹੀਂ? ਉਹ ਜਾ ਯਾਰ, ਮੈਂ ਤੈਨੂੰ ਕਹਿ ਰਿਹਾ ਵੀ ਇੱਕ, ਮੈਂ ਫੇਰ ਉਹੀ ਗੱਲ ਯਾਰ। ਅਸੀਂ ਇੱਥੇ ਦੁਕਾਨਦਾਰ ਸਾਡੇ ਕਸਟਮਰ ਖਰਾਬ ਨਾ ਕਰੋ, ਮੈਂ ਤੁਹਾਨੂੰ ਦੱਸ ਦਵਾਂ। ਉਹ ਕਸਟਮਰ ਤੇਰੇ ਹੈ ਹੀ ਕੋਈ ਨਹੀਂ, ਤੁਸੀਂ ਨਾਲ ਨਾਲ ਕੋਈ ਕਸਟਮਰ ਨਾਲ। ਭਾਈ ਨੂੰ ਮੈਂ ਪਿਆਰ ਨਾਲ ਬੋਲਦਾ, ਭਾਈ ਨੂੰ ਇੱਕ ਇੱਕ ਪੈਰ ਮੰਗ ਰਹੇ ਆ। ਇੱਕ ਇੱਕ ਪੈਰ ਇਹਨਾਂ ਨੇ ਕੀ ਕਰਨਾ? ਮੈਨੂੰ ਚਾਹੀਦਾ ਇੱਕ ਪੈਰ ਰੱਖਣਾ, ਇੱਕ ਇੱਕ ਪੈਰ ਮਤਲਬ ਇਹਨਾਂ ਰਕਸ਼ੇ ਦੇ ਪਿੱਛੇ ਬੰਨਣਾ, ਇੱਕ ਪੈਰ ਇਹਨਾਂ ਨੇ ਮਤਲਬ ਕੀ ਕਰਨਾ? ਭਾਈ ਜੀ ਇੱਕ ਇੱਕ ਪੈਰ ਚਾਹੀਦਾ ਮੈਨੂੰ, ਦੋ ਨਹੀਂ ਚਾਹੀਦੇ। ਉਹ ਤਾਂ ਪੈਰ ਹੀ ਇੱਕ ਯਾਰ, ਉਹ ਇੱਕ ਪੈਰ ਆ ਤੇ ਇੱਕ ਪੈਰ 'ਚ ਵੈਸੇ ਕੋਈ ਲੱਤ 'ਚ ਜਨਾਬ ਚੜਾ ਦੇ, ਇੱਕ ਪੈਰ 'ਚ ਜੁੱਤੀ ਪਾ ਲਾ, ਜੁੱਤੀ ਲੈ ਜਾ ਨਾਲੋਂ 'ਚ ਪਈ ਰਵੇ, ਜਦੋਂ ਦੂਜਾ ਪੈਰ ਆ ਜਾਏਗਾ ਹੌਲੀ ਹੌਲੀ ਪੂੰਘ ਦੇਗਾ, ਬਾਹਰ ਪੈਰ ਨਿਕਲ ਆਏਗਾ ਫਿਰ ਜੁੱਤੀ ਪਾ ਕੇ। ਤੇ ਨਹੀਂ ਤੇ ਦੂਸਰਾ ਪੈਰ ਗਵਾ ਜੇ, ਉਹਦਾ ਕੋਰਸ ਪੈ ਰਿਹਾ। ਮੈਂ ਫਜ਼ੂਲ ਖਰਚੀ ਨਹੀਂ ਕਰਦਾ ਹੁੰਦਾ, ਮੈਨੂੰ ਚਾਹੀਦੀ ਹੈ ਕਿ ਜੁੱਤੀ, ਮੈਂ ਕਿਉਂ ਦੋ ਲੈ ਜਾਵਾਂ ਯਾਰ? ਮੈਂ ਜਦੋਂ ਇੱਕ ਪੈਰ ਦੇਣਾ ਹੀ ਨਹੀਂ। ਤੂੰ ਕਿਉਂ ਨਹੀਂ ਤੇਰਾ ਇੱਕ ਪੈਰ ਵੀ? ਬਹਿਸ ਭਰਾ ਬਹਿਸ ਯਾਰ, ਤੂੰ ਜੁੱਤੀਆਂ ਤੁਸੀਂ ਭਾਈ ਜਾਓ, ਮੈਂ ਇਹਨਾਂ ਨਾਲ ਕਰਦਾ, ਤੁਸੀਂ ਜਾਓ। ਜੁੱਤੀਆਂ ਵੇਚਦਾ ਨਹੀਂ ਤੂੰ? ਹੈ ਨਹੀਂ ਜੁੱਤੀਆਂ ਵੇਚਦਾ ਨਹੀਂ ਤੂੰ? ਜੁੱਤੀਆਂ ਵੇਚਦਾ, ਇੱਕ ਨਹੀਂ ਵੇਚਦਾ, ਜੁੱਤੀਆਂ ਵੇਚਦਾ, ਜੁੱਤੀ ਨਹੀਂ ਵੇਚਦਾ। ਓਏ ਓਏ, ਅੱਲਾ ਕੋਲੋਂ ਡਰੋ, ਓਏ ਅੱਲਾ ਕੋਲੋਂ ਡਰੋ, ਕੱਲ ਤੇਰਾ ਵੀ ਐਕਸੀਡੈਂਟ ਹੋ ਸਕਦਾ। ਕੱਲ ਤੂੰ ਵੀ ਯਾਰ ਨਾ ਕਰ ਯਾਰ, ਬਾਦਵਾ ਦੇ ਭਾਰੀ ਆਓ ਚਲੀਏ, ਬਾਦਵਾ ਮੈਂ ਕਰਦਾ ਭਾਈ, ਤੁਸੀਂ ਜਾਓ, ਤੁਸੀਂ ਮੈਂ ਆਨਾ, ਮੈਂ ਤੁਹਾਡੇ ਬੜਦਾ, ਤੁਸੀਂ ਨਾ ਕਰੋ। ਤਕ ਤਕ, ਖੁਦਾ ਦਾ ਖੌਫ ਹੀ ਨਹੀਂ ਤੈਨੂੰ? ਲੈ ਆ ਜੁੱਤੀ, ਮੇਰਾ ਬੜਾ ਡੱਬਾ ਫੜ ਤੇ ਪੈਕ ਕਰ ਇੱਕ ਪੈਰ। ਕਿਹੜਾ? ਜਿਹੜਾ ਤੈਨੂੰ ਮੈਂ ਕਿਹਾ ਉਹ ਇੱਕ ਡੱਬਾ ਤੈਨੂੰ ਲਫਾਫੇ 'ਚ ਪਾ ਦਵਾਂ। ਕਰਨਾ ਗੱਲ ਫੜਾ ਮਰੀ ਯਾਰ, ਪੈਕ ਕਰ ਮੇਰਾ ਪੁਰਾ ਟਾਈਮ। ਭਾਈ ਜਾਨ ਇੱਕ ਪੈਰ ਨਹੀਂ ਮਿਲਣਾ, ਇੱਕ ਪੈਰ ਨਹੀਂ ਮਿਲਣਾ ਤੁਹਾਨੂੰ। ਵਜਾ ਤੁਸੀਂ ਬੈਠੇ ਰਹੋ, ਮੈਂ ਵੀ ਬੈਠਾ, ਤੁਹਾਨੂੰ ਨਹੀਂ ਮਿਲਣਾ। ਉਹ ਯਾਰ ਇੱਕ ਇੱਕ ਪੈਰ ਤੈਨੂੰ ਪੈਕ ਕਰਨ 'ਚ ਮਸਲਾ, ਨਾ ਇੱਕ ਲਫਾਫਾ ਮਿਲਦਾ, ਨਾ ਇੱਕ ਰੋਟੀ ਮਿਲਦੀ ਹੈ, ਨਾ ਇੱਕ ਕੱਦੂ ਮਿਲਦਾ, ਨਾ ਇੱਕ ਟਿੰਡਾ ਮਿਲਦਾ, ਨਾ ਇੱਕ ਫਰੂਟ ਮਿਲਦਾ, ਨਾ ਇੱਕ ਬੇਰ ਮਿਲਦਾ, ਨਾ ਇੱਕ ਕੁਲਫੀ ਮਿਲਦੀ ਹੈ, ਨਾ ਇੱਕ ਆਲੂ ਮਿਲਦਾ, ਨਾ ਇੱਕ ਟਮਾਟਰ ਮਿਲਦਾ, ਨਾ ਇੱਕ ਨਿੰਬੂ ਮਿਲਦਾ, ਨਾ ਇੱਕ ਧਨੀਆ ਮਿਲਦਾ, ਨਾ ਇੱਕ ਤੋਂ ਮਿਲਦਾ, ਨਾ ਇੱਕ ਮਿਰਚ ਮਿਲਦੀ ਹੈ, ਨਾ ਇੱਕ ਖੁਰਮਾਨੀ ਮਿਲਦੀ ਹੈ, ਨਾ ਇੱਕ ਨਾਸ਼ਪਤੀ ਮਿਲਦੀ ਹੈ, ਨਾ ਇੱਕ ਫਰੂਟਰ ਮਿਲਦਾ, ਨਾ ਇੱਕ ਕਿਨੂ ਮਿਲਦਾ। ਭਾਜੀ ਇੱਕ ਇੱਕ ਕੁਛ ਨਹੀਂ ਮਿਲਦਾ, ਦੋ ਦੋ ਚੀਜ਼ਾਂ ਮਿਲਦੀਆਂ, ਤਿੰਨ ਤਿੰਨ ਬੰਦਾ ਲੈ ਕੇ ਜਾਂਦਾ, ਸਾਰੀ ਦੁਨੀਆ ਖਰੀਦਦਾਰੀ ਕਰਦੀ ਹੈ, ਤੂੰ ਵੱਖਰਾ ਹੀ ਗਾਹਕ ਆ ਗਿਆ ਯਾਰ ਸਾਡੇ ਕੋਲ। ਯਾਰ ਤੂੰ ਕਿੰਨੀ ਲੰਬੀ ਬਹਿਸ ਕੀਤੀ, ਵੇਲਾ ਕਰਤਾ ਲਈ ਤਾਂ ਤੂੰ ਐ ਨਹੀਂ ਮਿਲਦਾ, ਐ ਨਹੀਂ ਮਿਲਦਾ, ਬਾਹਰੋਂ ਜ਼ਹਿਰ ਤੱਕ ਟੀਕਾ ਮਿਲਦਾ ਲਵਾ ਲੈ। ਜ਼ਹਿਰ ਇੱਕ ਮਿਲ ਜਾਂਦਾ, ਮੈਂ ਤੁਹਾਨੂੰ ਸਹੀ ਕਰੇ। ਉਹ ਭਾਈ ਜਾਨ ਇਹਦਾ ਢੋਲ ਆ ਕੇ ਨਾ ਬੈਠੋ, ਢੋਲ ਆ ਕੇ ਇੱਕ ਪੈਰ ਲੈਣ ਆ ਗਿਆ ਤੂੰ ਸਾਡੇ ਸਿਰ ਤੇ ਚੜਿਆ ਯਾਰ, ਯਾਰ ਤੂੰ ਸਾਡੇ ਕਸਟਮਰ ਖਰਾਬ ਕਰ ਰਿਹਾ ਤੂੰ ਸਾਡੇ ਕਸਟਮਰ ਤੇ ਖਰਾਬ, ਮੈਂ ਕਸਟਮਰ ਦੇ ਘਰ ਪਾਤਾ ਤੇਰੇ ਦੇ ਜਾ ਬੜਾ ਹਾਂ, ਤਾਂ ਤੂੰ ਇਹਦੇ ਜੁੱਤੀ ਇੱਕ ਲੈ ਕੇ ਚੱਲਾ, ਤੂੰ ਮਤਲਬ ਗੇਹ ਦੇ ਗੱਲ 'ਚ ਪਾਉਂਦੀ ਹੈ, ਮੈਂ ਕਰ ਰਿਹਾ ਤੇਰੇ ਕੋਈ ਮਸਲਾ ਕਿ ਪੈਕ ਅੱਜ ਦੇ ਗੱਲ 'ਚ ਪਾਉਣੀ ਤੂੰ ਚੱਲ ਗੱਲ ਕਿ ਪੈਕ ਉਹਨੇ ਪੈਕ ਕਰਦਾ ਜਾ ਯਾਰ, ਚੱਲ ਜਾ ਮੈਂ ਤੂੰ ਕਹਿ ਰਿਹਾ, ਚੱਲ ਜਾ ਫਿਰ ਉਹੀ ਗੱਲ, ਜਾ ਬੜਾ ਕੰਮ ਕਰ ਜਾ ਜਾ ਕੇ, ਮੈਂ ਤੈਨੂੰ ਕਹਿੰਦਾ ਵੀ ਜਾ ਕੇ ਚੱਲ। ਓ ਭਾਈ ਇੱਧਰ ਹਲੋ, ਪੈਕ ਕਰ ਜੁੱਤੀਆਂ, ਇੱਕ ਜੁੱਤੀ ਨਹੀਂ ਮਿਲਣੀ ਤੇ ਮੈਂ ਤੈਨੂੰ ਦੱਸ ਦਵਾਂ, ਉਧਰ ਆਪਣਾ ਕੰਮ ਕਰ ਜਾ ਕੇ ਜੁੱਤੀ, ਮੈਂ ਮਾਨ ਮੇਰਾ ਪੈਰ ਤਿਲਕਣ ਡਿਆ, ਮੈਂ ਤੈਨੂੰ ਦੱਸ ਦਵਾਂ, ਜਾ ਚੱਲ ਜਾ ਯਾਰ, ਚੱਲ ਜਾ ਮੇਰੇ ਭਾਈ ਨੂੰ ਹੋਣਾ ਐਸੀ ਇੱਥੇ, ਮੈਂ ਤੈਨੂੰ ਦੱਸ ਦਵਾਂ, ਤੁਸੀਂ ਭਾਈ ਜਾ ਅਸੀਂ ਨਹੀਂ ਜੁੱਤੀ ਨਹੀਂ ਦੇਣੀ, ਅਸੀਂ ਪੈਕ ਕਰਨਾ ਜੁੱਤੀ, ਇੱਕ ਇੱਕ ਪੈਰ ਐ ਨਹੀਂ ਪੈਕ ਕਰਾਂ ਮੈਂ, ਇੱਕ ਇੱਕ ਪੈਰ ਐ ਫਟਾਫਟ ਪੈਕ ਹੋ ਜਾ, ਨਹੀਂ ਪੈਕ ਕਰਨੀ ਯਾਰ, ਮੈਂ ਨਹੀਂ ਪੈਕ ਕਰਨੀ, ਉਹ ਡਬਲ ਤੇ ਟਾਈਮ ਲੱਗਦਾ, ਪੈਕ ਕਰਨੀ ਡਬਲ ਤੇ ਟਾਈਮ ਲੱਗਦਾ ਜੀ, ਸਿੰਗਲ ਪੈਕ ਕਰ, ਉਹ ਜਾ ਚੱਲ ਜਾ, ਮੈਂ ਤੈਨੂੰ ਚੱਲ ਜਾ, ਮੈਂ ਤੈਨੂੰ ਕਹਿ ਰਿਹਾ, ਜਾ ਚੱਲ ਜਾ, ਤੁਹਾਨੂੰ ਨਹੀਂ ਦੇਣਾ ਤੈਨੂੰ ਇੱਕ ਇੱਕ ਪੈਰ, ਤੇਰੇ ਵਰਗੇ ਕਈ ਕਸਟਮਰ ਆਉਂਦੇ ਇੱਥੇ ਕਸਟਮਰ, ਹਾਂ ਓਏ ਤੂੰ ਜਾ ਚੱਲ ਜਾ ਇੱਥੋਂ, ਚੱਲ ਜਾ ਇੱਥੋਂ, ਮੇਰਾ ਵੱਡਾ ਭਰਾ ਆਉਣ ਵਾਲਾ, ਮੈਂ ਤੈਨੂੰ ਦੱਸ ਦਵਾਂ ਇੱਥੋਂ ਚੱਲ ਜਾ, ਮੈਂ ਕਿੱਡਾ ਕੁ ਵੱਡਾ ਹੋ, ਉਹਨੇ ਬਹੁਤ ਮਾਰਨਾ, 28 ਮੀਟਰ ਕੱਪੜਾ ਲੱਗਦਾ ਜੀ ਉਹਨੂੰ, ਕਿਹਨੂੰ? ਮੇਰੇ ਭਰਾ ਨੂੰ, ਸ਼ਿਮਰ ਆ, ਕਿਉਂ ਉਹਦਾ ਕੱਦ ਇੰਨਾ ਵਾ, 28 ਮੀਟਰ ਕੱਪੜਾ ਲੱਗਦਾ, ਉਹਦਾ ਵਿੱਢ ਏਡ
ਤੈਨੂੰ ਕਿਲੋ ਸ਼ਲਜਮ ਚਾਹੀਦੇ 2 ਕਿਲੋ ਲਏਗਾ ਨਹੀਂ ਨਹੀਂ ਲਾਂਗਾ ਮੈਨੂੰ ਹੁਣ 2 ਜੁੱਤੀਆਂ ਨਹੀਂ ਚਾਹੀਦੀਆਂ ਮੇਰੇ ਭਰਾ ਦਾ ਇੱਕ ਪੈਰ ਹੈ ਮੈਨੂੰ ਇੱਕ ਜੁੱਤੀ ਚਾਹੀਦੀ ਮੈਂ ਫਜ਼ੂਲ ਖਰਚੀ ਨਹੀਂ ਕਰਨੀ ਇਹ ਜੁੱਤੀ ਆ ਤੁਸੀਂ ਬਾਹਰ ਕਿਤੇ ਗੱਲ ਕਰੋ ਤੁਹਾਨੂੰ ਕਈ ਪੈਣਗੀਆਂ ਕਿਉਂ ਤੁਸੀਂ ਗੱਲ ਵੀ ਕਰੋਗੇ ਨਾ ਤੁਹਾਨੂੰ ਕਈ ਪੈਣਗੀਆਂ ਇੱਕ ਨਹੀਂ ਪਏਗੀ ਮੇਰਾ ਭਰਾ ਬੈਸਰ ਕਰ ਇਹ ਲੈਣ ਵੀ ਆ ਤੁਹਾਨੂੰ ਦੋ ਦੋ ਹੀ ਮਿਲਣੀਆਂ ਇਹ ਇਸ ਤਰ੍ਹਾਂ ਕਰ ਤੂੰ ਮੈਨੂੰ ਮਸਾਲਾ ਨਾ ਦੇ ਤੂੰ ਚੱਲ ਇਸ ਤਰ੍ਹਾਂ ਕਰਨਾ ਡੱਬੇ ਦੋ ਕਰ ਲੈ ਤੇ ਪੈਰ ਚਾਰ ਕਰ ਉਹ ਡੱਬੇ ਦੋ ਬਰਿਆਨੀ ਵਾਲੀ ਆ ਤਿੰਨ ਦੇਣੇ ਇਹ ਜੁੱਤੀ ਵਾਲੇ ਡੱਬੇ ਆ ਸੱਜਾ ਪੈਰ ਕਰਨੇ ਖਬਾ ਨਾ ਕਰੀ ਯਾਰ ਤੂੰ ਲੈਣਾ ਕੁਛ ਕਿ ਨਹੀਂ ਹੈ ਤੂੰ ਲੈਣਾ ਕੁਛ ਕਿ ਨਹੀਂ ਮੈਂ ਲੈਣ ਆਇਆ ਜੁੱਤੀ ਹੋਰ ਜਾ ਚੱਲ ਜਾ ਜਾ ਚੱਲ ਜਾ ਕਿਨੂੰ ਕਹਿ ਰਹੇ ਹੋ ਕਿਨੂੰ ਕਹਿ ਰਹੇ ਹੋ ਜਾ ਚੱਲ ਜਾ ਇੱਥੋਂ ਮੈਂ ਤੈਨੂੰ ਕਹਿ ਰਿਹਾ ਤੂੰ ਬਾਹਰ ਆ ਉੱਥੇ ਬੱਚੇ ਦਿੱਤੇ ਤੂੰ ਬਾਹਰ ਆ ਬਾਹਰ ਆ ਇਧਰ ਆ ਮੈਂ ਤੈਨੂੰ ਕਹਿ ਰਿਹਾ ਚੱਲ ਜਾ ਇੱਥੋਂ ਨਿਕਲ ਨਿਕਲ ਚੱਲ ਜਾ ਇੱਥੋਂ ਮੈਂ ਤੈਨੂੰ ਕਹਿ ਰਿਹਾ ਮੈਂ ਤੈਨੂੰ ਘੜਾ ਦੇਣਾ ਤੂੰ ਮੈਂ ਤੈਨੂੰ ਤਰਸਾਉਣਾ ਤਰਸਾਉਣਾ ਤੈਨੂੰ ਮੈਂ ਤੈਨੂੰ ਘੜਾ ਦੇਣਾ ਮੈਂ ਕਹਿੰਦਾ ਜੀ ਕੰਮ ਨਹੀਂ ਕਰਨਾ ਕੌਣ ਇੱਥੇ ਉਹਨਾਂ ਨੂੰ ਪਤਾ ਉਹ ਮੇਰੇ ਵੱਡੇ ਭਾਈ ਆ ਮੈਂ ਇੱਥੇ 20 ਸਾਲ ਤੋਂ ਨੌਕਰੀ ਕਰ ਰਿਹਾ ਕਿੰਨੇ ਤੋਂ 20 ਸਾਲ ਤੋਂ ਤੇ ਤਰੱਕੀ ਕਿਉਂ ਨਹੀਂ ਕੀਤੀ ਤੂੰ 20 ਸਾਲ ਤੋਂ ਓਏ ਜੁੱਤੀ ਨਾ ਮਾਰੀਆਂ ਜੁੱਤੀ ਨਾ ਮਾਰੀਆਂ 20 ਸਾਲ ਤੋਂ ਮੈਂ ਇੱਥੇ 20 ਸਾਲ ਤੋਂ ਨੌਕਰੀ ਕਰ ਰਿਹਾ ਆ ਮੈਨੂੰ 22 ਸਾਲ ਚੜ ਗਿਆ ਕਿੱਥੇ ਇੱਥੇ 22 ਸਾਲ ਹਾਂਜੀ ਤੈਨੂੰ ਹਾਂ ਅਕਲ ਤੈਨੂੰ ਟਕੇ ਦੀ ਨਹੀਂ ਆਈ 22 ਸਾਲ ਕਿੱਥੇ ਜਾਇਆ ਕੀਤੇ ਮੈਂ ਤੈਨੂੰ ਕਹਿ ਰਿਹਾ ਇੱਥੋਂ ਚੱਲ ਜਾ ਮੈਂ ਤੈਨੂੰ ਕਹਿ ਰਿਹਾ ਇੱਥੋਂ ਚੱਲ ਜਾ ਮੈਂ ਤੈਨੂੰ ਕਹਿ ਰਿਹਾ ਮੈਂ ਤੇਰੇ ਸਿਰ 'ਚ ਮਾਰਨਾ ਮੈਂ ਤੈਨੂੰ ਦੱਸ ਦਵਾਂ ਕੀ ਕਹਿ ਰਿਹਾ ਚੱਲ ਜਾ ਇੱਥੋਂ ਮੈਂ ਤੇਰੇ ਸਿਰ 'ਚ ਮਾਰ ਕੇ ਨਾ ਮੈਂ ਤੇਰਾ ਸਲੀਪਰ ਬਣਾ ਦਵਾਂ ਮੈਂ ਤੈਨੂੰ ਦੱਸ ਦਵਾਂ ਕਾਹਦੇ ਲਈ ਬਾਹੂਬਲੀ ਬਣਿਆ ਤੇ ਤੱਕ ਮੈਂ ਤੈਨੂੰ ਕਹਿੰਦਾ ਹਾਂ ਕੀ ਚੋਰ ਤਾਂ ਆ ਚੱਲ ਪੈ ਕਰਨਾ ਜੁੱਤੀਆਂ ਬਹਿਸ ਨਾ ਕਰ ਟਾਈਮ ਨਹੀਂ ਤੂੰ ਗੱਲ ਕੀਤੀ ਨਾ ਜੁੱਤੀਆਂ ਨੇ ਤੇਰੇ ਗੱਲ ਪੈ ਜਾਣਾ ਮੈਂ ਤੈਨੂੰ ਦੱਸ ਦਵਾਂ ਕੱਲੀ ਕੱਲੀ ਨੇ ਤੈਨੂੰ ਮਾਰਨਾ ਤੇ ਲਿਆ ਡੱਬੇ ਲਿਆ ਮੈਂ ਆਪ ਪੈ ਕਰਨਾ ਲਿਆ ਹੈ ਡੱਬੇ ਲਿਆ ਕਿਹੜੇ ਡੱਬੇ ਲਿਆ ਮੈਂ ਆਪ ਪੈ ਕਰਨਾ ਲਿਆ ਇੱਕ ਇੱਕ ਜੁੱਤੀ ਕਿਹੜੀ ਗੱਲ ਉਹ ਡੱਬਿਆਂ ਹੀ ਤੂੰ ਬਰਫੀ ਰੱਖਣੀ ਹੈ ਬਰਫੀ ਰੱਖਣੀ ਤੂੰ ਇਹ ਭਾਈ ਜਾਨੇ ਡੱਬੇ ਜੁੱਤੀਆਂ ਵਾਲੇ ਆ ਦੋ ਦੋ ਪੈਰ ਆਉਂਦੇ ਇੱਕ ਪੈਰ ਡੱਬੇ 'ਚ ਨਹੀਂ ਆਉਂਦਾ ਨਹੀਂ ਦੇਣਾ ਇੱਕ ਇੱਕ ਪੈਰ ਤੂੰ ਉਹ ਜਾ ਚੱਲ ਜਾ ਚੱਲ ਜਾ ਜਾ ਚੱਲ ਜਾ ਓਏ ਕੀ ਹੈ ਜਾ ਚੱਲ ਜਾ ਚੱਲ ਜਾ ਥੋੜਾ ਦੂਰ ਦੱਸ ਦੋ ਉਹ ਜਾ ਮੈਂ ਤੂੰ ਜੁੱਤੀ ਨਹੀਂ ਦੇਣੀ ਕੁੱਤੇ ਕਿ ਮਰ ਜਾ ਜੁੱਤੀ ਨਹੀਂ ਮੈਂ ਦੇਣੀ ਤੈਨੂੰ ਮੈਂ ਤੈਨੂੰ ਜਾ ਕਿਉਂ ਵਜਾ ਨਹੀਂ ਦੇਣੀ ਹੈ ਨਹੀਂ ਦੇਣੀ ਮੈਂ ਦੇਣੀ ਜੁੱਤੀ ਮੈਂ ਨਹੀਂ ਦੇਣੀ ਜੁੱਤੀ ਤੈਨੂੰ ਬੰਨਾ ਖਰਾਬ ਦਿਆ ਪੁੱਤਰਾ ਮੈਂ ਆਪਣੀ ਅੰਮੀ ਨੂੰ ਦੱਸੂਗਾ ਉਹ ਆਪਣੇ ਆਪੇ ਨੂੰ ਵੀ ਦੱਸ ਜਾ ਕੇ ਮੈਂ ਅੱਬਾ ਵੀ ਦੱਸੂਗਾ ਆਪਣੀ ਅੰਮੀ ਨੂੰ ਮੇਰੀ ਅੰਮੀ ਨੂੰ ਪਤਾ ਜੁੱਤੀ ਕਿਹੜੇ ਨੰਬਰ ਆਉਂਦੀ ਅੰਮੀ ਵੀ ਇੱਥੇ ਅੱਬਾ ਵੀ ਇੱਥੇ ਸਾਰੀ ਫੈਮਿਲੀ ਨੌਕਰੀ ਕਰਦੀ ਸੀ ਹੈ ਜਾ ਚੱਲ ਜਾ ਮੈਂ ਤੈਨੂੰ ਕਹਿ ਰਿਹਾ ਤੈਨੂੰ ਹਿਆ ਹੀ ਨਹੀਂ ਤੈਨੂੰ ਆ ਗਿਆ ਵੱਡਾ ਜੁੱਤੀ ਲੈਣ ਤਮੀਜ਼ ਨਹੀਂ ਕਸਮਾਂ ਨਾਲ ਗੱਲ ਕਰਨ ਦੀ ਹੈ ਤੈਨੂੰ ਮੈਂ ਜੁੱਤੀਆਂ ਲੈਣ ਆਇਆ ਤੇਰੇ ਕੋਲੋਂ ਜੁੱਤੀਆਂ ਲੈਣ ਆਇਆ ਤੂੰ ਚਾਰ ਕੱਲੀ ਕੱਲੀ ਲੈਣਾ ਤੂੰ ਕਿਹੜਾ ਇਕੱਠੀਆਂ ਲੈਣਾ ਆਇਆ ਵੱਡਾ ਕਸਟਮਰ ਚੱਲ ਕਰ ਕੱਲ ਕੱਲ ਪੈ ਨਹੀਂ ਮੈਂ ਕਰਦਾ ਚੱਲ ਵੈਸੇ ਨਹੀਂ ਮੈਂ ਕਰਦਾ ਨਹੀਂ ਮੈਂ ਕਰਦਾ ਨਹੀਂ ਮੈਂ ਕਰਦਾ ਜਾ ਦੌੜ ਜਾ ਤੈਨੂੰ ਜੁੱਤੀ ਨਹੀਂ ਮਿਲਣੀ ਤੂੰ ਠਹਿਰੀ ਇੱਥੇ ਤੂੰ ਸਾਰੀ ਜ਼ਿੰਦਗੀ ਜੁੱਤੀ ਨੂੰ ਤਰਸੇਗਾ ਹੁਣ ਇੱਥੇ ਠਹਿਰੀ ਮੈਂ ਲੈ ਕੇ ਉਹਨਾਂ ਪਤੇ ਤੂੰ ਲੈ ਕੇ ਆ ਜਾ 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 ਤੂੰ ਜਾ 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 ਚਲੇ ਜਾ ਜਾ ਲੈ ਕੇ ਆ ਜਾ ਲੈ ਕੇ ਆ ਕਿਨੂੰ ਜਾ ਆਪਣੇ ਪਿਓ ਦਾ ਪੋਤਾ ਲੈ ਕੇ ਆ ਜਾ ਜਾ ਲੈ ਕੇ ਆ ਜਾ ਜਾ ਲੈ ਕੇ ਆ ਕਿਨੂੰ ਲੈ ਕੇ ਆ ਹੈ ਜਿਹਨੂੰ ਲੈਣ ਚੱਲਾਂ ਖਾਣਾ ਖਰਾਬ ਦਿਆ ਪੁੱਤਰਾ ਚੱਲ ਨਹੀਂ ਚੱਲਦਾ ਕਾਰੋਬਾਰ ਬੇਟਾ ਤੇਰਾ ਇੰਜੀ ਉਹ ਜਾ ਜਾ ਕੰਮ ਕਰ ਜਾ ਕੇ